ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਮੈਂ ਨਾਹੀਂ ਕਿਛ ਹੋਂ ਨਹੀਂ ਕਿਛ ਆਏ ਨਾ ਮੋਰਾ ਅਵਸਰ ਲੱਗਿਆ ਰਾਖ ਲਿਓ ਸਦਨਾ ਜਨ ਤੋਰਾ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਆਪ ਜੀ ਮਨਾ ਰਹੇ ਹੋ, ਜੋ ਅੱਜ ਦੇ ਦਿਨ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਸਨ। 1539 ਦਾ ਸਮਾਂ ਸੀ ਜਦੋਂ ਜੋਤੀ ਜੋਤ ਸਮਾਏ ਸਨ। ਸਤੰਬਰ ਦੀ 22 ਤਰੀਕ ਸੀ ਉਸ ਦਿਨ, ਜਿਸ ਦਿਨ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਸਨ। ਸਤਸੰਗਤ, ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਜਗਤ ਫੇਰੀਆਂ ਸ਼ੁਰੂ ਕੀਤੀਆਂ ਸੀ ਨਾ, ਉਹ ਜਗਤ ਫੇਰੀਆਂ ਆਪਣੀ ਭੈਣ ਜੀ ਦੇ ਘਰ ਤੋਂ ਸ਼ੁਰੂ ਕੀਤੀਆਂ ਸੀ, ਸੁਲਤਾਨਪੁਰ ਲੋਧੀ ਤੋਂ। ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਜਾ ਕੇ ਮਿਲੇ ਸਨ, ਉਸ ਤੋਂ ਬਾਅਦ ਲਾਹੌਰ ਤੇ ਇਹਨਾਂ ਬਾਅਦ ਲਾਲੋ ਕੋਲ ਗਏ ਸਨ। ਫਿਰ ਉਹ ਸਾਰੇ ਸੰਸਾਰ ਦਾ ਭ੍ਰਮਣ ਕਰਨ ਵਾਸਤੇ ਨਿਕਲ ਪਏ ਸਨ। ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਪਹਿਲੀ ਉਦਾਸੀ ਹੈ ਨਾ, ਇਹ 1507 ਵਿੱਚ ਉਹਨਾਂ ਨੇ ਸ਼ੁਰੂ ਕੀਤੀ ਸੀ। ਤਕਰੀਬਨ 7.5 ਸਾਲ ਦੀ ਇਹ ਉਦਾਸੀ ਸੀ। ਸਾਰੇ ਹਿੰਦੂ ਸਥਾਨਾਂ ਦਾ, ਹਿੰਦੂ ਤੀਰਥਾਂ ਦਾ ਭ੍ਰਮਣ ਕੀਤਾ ਉਹਨਾਂ ਨੇ ਇਸ ਦੌਰਾਨ ਵਿੱਚ। ਆਪਣੇ ਪਰਿਵਾਰ ਨੂੰ ਮਾਤਾ ਪਿਤਾ ਕੋਲ ਹੀ ਛੱਡ ਕੇ ਚਲੇ ਗਏ ਸਨ। ਸਤਸੰਗਤ, ਉਸ ਤੋਂ ਬਾਅਦ 1 ਸਾਲ ਉਹਨਾਂ ਨੇ ਸੰਗਲਾ ਦੀਪ ਦੀ ਜਿਹੜੀ ਹੈ ਉਹ ਜ਼ਿਆਰਤ ਕੀਤੀ ਹੈ। 8.5 ਸਾਲ ਦੇ ਬਾਅਦ ਉਹ ਵਾਪਸ ਤਲਵੰਡੀ ਆਏ ਸਨ। ਇਹ ਪਹਿਲੀ ਉਦਾਸੀ ਸੀ ਸਤਿਗੁਰਾਂ ਦੀ, ਔਰ ਸਭ ਤੋਂ ਪਹਿਲਾਂ ਆਪਣੀ ਭੈਣ ਜੀ ਨੂੰ ਮਿਲੇ, ਬੇਬੇ ਨਾਨਕੀ ਜੀ ਨੂੰ, ਔਰ ਉਸ ਤੋਂ ਬਾਅਦ ਮਾਤਾ ਪਿਤਾ ਜੀ ਕੋਲ ਗਏ।
ਭਾਈ ਮਰਦਾਨਾ ਜੀ ਨਾਲ ਹਨ ਔਰ ਉੱਥੇ ਪਤਾ ਲੱਗਾ ਕਿ ਉਹਨਾਂ ਦਾ ਜਿਹੜਾ ਪਰਿਵਾਰ ਹੈ ਆਪਣਾ ਉਹ ਇਸ ਵਕਤ ਆਪਣੇ ਮਾਤਾ ਪਿਤਾ ਕੋਲ ਰਹਿ ਰਿਹਾ ਪੱਖੋ ਕੇ ਰੰਧਾਵੇ ਬਾਬਾ ਮੂਲਾ ਜੀ ਦੇ ਕੋਲ ਉਹਨਾਂ ਕੋਲ ਉਹਨਾਂ ਦਾ ਪਰਿਵਾਰ ਰਹਿ ਰਿਹਾ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਮਿਲਣ ਵਾਸਤੇ ਵੀ ਗਏ ਉੱਥੇ ਸਤਸੰਗ ਪੱਖੋ ਕੇ ਰੰਧਾਵੇ ਦੇ ਜਾ ਕੇ ਇੱਕ ਖੂਹ ਜੋ ਅਜਿੱਤੀ ਰੰਧਾਵੇ ਦਾ ਖੂਹ ਸੀ ਅਜਿੱਤਾ ਚੌਧਰੀ ਸੀ ਪੱਖੋ ਕੇ ਰੰਧਾਵੇ ਦਾ ਉਸ ਅਜਿੱਤੀ ਰੰਧਾਵੇ ਦੇ ਖੂਹ ਤੇ ਜਾ ਕੇ ਉਹਨਾਂ ਨੇ ਜਿਹੜਾ ਹੈ ਉਹ ਟਿਕਾਣਾ ਕੀਤਾ ਹੈ ਭਾਈ ਮਰਦਾਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਖੂਹ ਦੇ ਉੱਤੇ ਉਹ ਕੀਰਤਨ ਕਰਨ ਲੱਗ ਪਏ ਅਜਿੱਤੀ ਰੰਧਾਵੇ ਨੇ ਸੁਣਿਆ ਮੇਰੇ ਖੂਹ ਦੇ ਉੱਤੇ ਕੀਰਤਨ ਕੌਣ ਕਰ ਰਿਹਾ ਵੇਖਣ ਵਾਸਤੇ ਆਇਆ ਬੜਾ ਗਦਗਦ ਹੋ ਗਿਆ ਸੁਣਿਆ ਹੋਇਆ ਸੀ ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਬਹੁਤ ਕੁਛ ਕਹਿੰਦੇ ਕਿ ਰੱਬੀ ਜੋਤ ਮੇਰੇ ਖੂਹ ਤੇ ਕੀਰਤਨ ਕਰ ਰਹੀ ਹੈ ਇਹ ਵਾਪਸ ਆਏ ਨੇ ਘਰੋਂ ਚਲੇ ਗਏ ਸਨ ਸਵਾ ਅੱਠ ਸਾਲ ਬਾਅਦ ਵਾਪਸ ਆਏ ਸਨ ਸਤਸੰਗ ਜੀ ਉਹਨੇ ਜਾ ਕੇ ਬਾਬਾ ਮੂਲਾ ਜੀ ਨੂੰ ਦੱਸਿਆ ਮਾਤਾ ਸੁਲੱਖਣੀ ਜੀ ਨੂੰ ਦੱਸਿਆ ਉਹ ਸਾਰੇ ਹੀ ਪਰਿਵਾਰ ਜਿਹੜਾ ਖੂਹ ਦੇ ਉੱਤੇ ਹੀ ਆ ਕੇ ਉਹਨਾਂ ਨੂੰ ਮਿਲਣ ਵਾਸਤੇ ਆਏ ਗਦਗਦ ਹੋ ਗਏ ਕੁਛ ਸਮਾਂ ਉਹਨਾਂ ਨੇ ਉੱਥੇ ਬਿਤਾਇਆ ਤੇ ਫਿਰ ਅਜਿੱਤੀ ਰੰਧਾਵੇ ਨੇ ਆਪਣੀ ਜ਼ਮੀਨ ਦਾ ਬਹੁਤ ਵੱਡਾ ਹਿੱਸਾ ਤੇ ਕੁਝ ਉੱਥੋਂ ਦੇ ਪਿੰਡ ਦੇ ਲੋਕਾਂ ਨੇ ਬਹੁਤ ਵੱਡਾ ਹਿੱਸਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੌਂਪਿਆ ਕਿਉਂਕਿ ਬਾਬਾ ਮਹਾਰਾਜ ਜੀ ਉਸ ਇਲਾਕੇ ਦੇ ਪਟਵਾਰੀ ਸਨ ਉਹਨਾਂ ਦਾ ਸੀ ਸਭ ਕੁਛ ਜਦੋਂ ਉਹਨਾਂ ਨੂੰ ਸਾਰੀ ਭੂਮੀ ਜਿਹੜੀ ਉਹਨਾਂ ਨੂੰ ਸੌਂਪ ਦਿੱਤੀ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਕਰਤਾਰਪੁਰ ਵਸਾਇਆ ਕਰਤਾਰਪੁਰ ਦੀ ਧਰਤੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਸਾਈ ਹੋ ਸਕਤ ਪਹਿਲੀ ਵਾਰ ਉਦਾਸੀ ਤੋਂ ਬਾਅਦ ਹੀ ਕੁਛ ਸਮਾਂ ਠਹਿਰ ਕੇ ਫਿਰ ਚਲੇ ਗਏ ਸਨ ਦੂਜੀ ਉਦਾਸੀ ਵਾਸਤੇ ਦੂਜੀ ਉਦਾਸੀ ਸਿਰਫ ਇੱਕ ਡੇਢ ਸਾਲ ਦੀ ਸੀ ਸਾਰੀ ਦੂਸਰੀ ਉਦਾਸੀ ਵਿੱਚ ਜੰਮੂ ਵਾਲੇ ਪਾਸੇ ਨੂੰ ਗਏ ਸਨ ਕਸ਼ਮੀਰ ਗਏ ਸਨ ਪਹਾੜਾਂ ਦੇ ਉੱਤੇ ਚਲੇ ਗਏ ਸਨ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦਿਨਾਂ 'ਚ ਗਏ ਸਨ ਜਿਹਨਾਂ ਦਿਨਾਂ ਦੇ ਵਿੱਚ ਅਲੌਕਿਕ ਦੇਵੀ ਤੇ ਦਰਸ਼ਕਾਂ ਨੂੰ ਜਾਂਦੇ ਨੇ ਰਸਤੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੇ ਜਾਣ ਵਾਲਿਆਂ ਨੂੰ ਉਹਨਾਂ ਨੇ ਵੀ ਸਮਝਾਇਆ ਉਹਨਾਂ ਨੇ ਬੜਾ ਕੁਛ ਸਮਝਾਇਆ ਗੁਰਮਤਿ ਦਿੱਤੀ ਇਸ ਤਰ੍ਹਾਂ ਸਮੇਂ ਬਾਅਦ ਉਹ ਵਾਪਸ ਆਏ ਫਿਰ ਤੀਸਰੀ ਉਦਾਸੀ ਉਹਨਾਂ ਨੇ ਫਿਰ ਸ਼ੁਰੂ ਕੀਤੀ ਹੈ ਤੀਸਰੀ ਉਦਾਸੀ ਤੋਂ ਬਾਅਦ ਕਿਹੜੀ ਤੀਸਰੀ ਉਦਾਸੀ ਸੀ ਹਿੰਦੁਸਤਾਨ ਤੋਂ ਬਾਹਰ ਮੁਸਲਿਮ ਦੇਸ਼ਾਂ ਦੇ ਵਿੱਚ ਉਹਨਾਂ ਨੇ ਜਾਰੀ ਕੀਤੀ ਲਾਹੌਰ ਵਾਲੇ ਚਾਚੇ ਨਿਕਲੇ ਹਨ ਪਾਕਪਟਨ ਗਏ ਹਨ ਪਾਕਪਟਨ ਵਾਲੇ ਪਾਸੇ ਨਿਕਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਹੋਰ ਅੱਗੇ ਮੁਸਲਿਮ ਦੇਸ਼ਾਂ ਵਿੱਚ ਗਏ ਜਿਹਨਾਂ ਵਿੱਚ ਅਫਗਾਨਿਸਤਾਨ ਇਰਾਨ ਹੈ ਬਗਦਾਦ ਹੈ ਸੀਰੀਆ ਹੈ ਇਤਿਹਾਸ ਕਹਿੰਦਾ ਸਾਰੇ ਦੇਸ਼ਾਂ ਦੇ ਵਿੱਚੋਂ ਨਿਕਲਦੇ ਹੋਏ ਸਾਊਦੀ ਅਰਬ ਪਹੁੰਚ ਜਾਂਦੇ ਸਾਊਦੀ ਅਰਬ ਦੇ ਮੱਕਾ ਮਦੀਨਾ ਹੈ ਮੱਕੇ ਮਦੀਨੇ ਵਿੱਚ ਗੁਰੂ ਪਾਤਸ਼ਾਹ ਜੀ ਗਏ ਨੇ ਉਹਨਾਂ ਨੇ ਉਸ ਵਕਤ ਆਪਣਾ ਲਿਬਾਸ ਜਿਹੜਾ ਬਣਾਇਆ ਹੋਇਆ ਸੀ ਜੋ ਹਾਜੀਆਂ ਦਾ ਲਿਬਾਸ
ਜੋ ਹਾਜੀ ਉਸ ਦਾ ਲਿਬਾਸ ਪਾਉਂਦੇ ਸੀ। ਆਪਾਂ ਸਰਵਣ ਕਰਦੇ ਹਾਂ ਭਾਈ ਗੁਰਦਾਸ ਜੀ ਦੀ ਵਾਰ ਨੂੰ। ਉਹ ਕਿਤੇ ਬਾਬਾ ਫਿਰ ਮੱਕੇ ਗਿਆ ਨੀਲ ਬਸ ਧਾਰੇ ਬਨਵਾਰੀ ਆਸਾ ਹੱਥ ਪਾਵ ਕੱਚ ਕੂਜਾ ਬਾਂਧ ਮੁਸੱਲਾ ਧਾਰੀ। ਹੱਥ ਚ ਮੋਟਾ ਸਾਰਾ ਛੋਟਾ ਸੀ ਉਹਨਾਂ ਦੇ ਦਿਨਾਂ ਸਾਰੇ ਹਾਜੀ ਫੜਦੇ ਸੀ। ਨੀਲੇ ਕੱਪੜੇ ਪਾਏ ਹੋਏ ਸਨ ਉਹਨਾਂ ਨੇ। ਆਪਣੀ ਉਹ ਪੁਸਤਕ ਉਹ ਉਹਨਾਂ ਨੇ ਆਪਣੇ ਇੱਥੇ ਕੱਛ ਚ ਲਟਕਾਈ ਹੋਈ ਸੀ ਝੋਲੇ ਚ ਪਾ ਕੇ। ਆਸਾ ਹੱਥ ਕਿਤਾਬ ਕੱਛ ਪੂਜਾ ਬਾਂਧ ਮੁਸੱਲਾ ਧਾਰੀ। ਇਹ ਮੁਸਲਿਮ ਤੌਰ ਦੇ ਮੁਸਲਿਮ ਦੇ ਜਰਾ ਰੂਪ ਬਣਾਇਆ ਹੋਇਆ ਸੀ ਉਹਨਾਂ ਨੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਜੋ ਕਿਸ਼ਮਾ ਹੋਇਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਚਰਨ ਪਕੜ ਕੇ ਜਿਹੜਾ ਉਸਨੇ ਘੁਮਾਏ ਜੀਵਨ ਨੇ ਔਰ ਜੀਵਨ ਨੇ ਲਾਚਰ ਨੂੰ ਘੁਮਾਏ ਤੇ ਮੱਕਾ ਉੱਧਰ ਨੂੰ ਕਹਿੰਦੇ ਕਿ ਉਹਨਾਂ ਨੂੰ ਘੁੰਮਦਾ ਨਜ਼ਰ ਆਇਆ। ਬੜਾ ਹੈਰਾਨ ਹੋਇਆ ਹੈ ਇਹ ਕੋਈ ਪੀਰ ਪੈਗੰਬਰ ਹੈ ਮੈਂ ਕੀ ਕਰ ਬੈਠਾ। ਪੁੱਛਿਆ ਸੀ ਉਹਨਾਂ ਨੇ ਐ ਪੀਰ ਤੂੰ ਇਹ ਕੱਛ ਵਿੱਚ ਕੀ ਲਟਕਾਇਆ ਹੋਇਆ। ਕਹਿਣ ਲੱਗੀ ਪੋਥੀ ਹੈ ਜੇ ਚ ਬਾਣੀ ਲਿਖਦਾ ਹੋਵੇ। ਉੱਥੇ ਉਹਨਾਂ ਨੇ ਸਵਾਲ ਕੀਤਾ ਸੀ ਪੁੱਛਣ ਫੋਲ ਕਿਤਾਬ ਨੂੰ ਕਾਜੀ ਮੁੱਲਾ ਇਕੱਠੇ ਹੋਈ ਇਕੱਠੇ ਹੋ ਕੇ ਪੁੱਛਣ ਲੱਗ ਗਏ ਕੀ ਲਿਖਦਾ ਹੈ ਤੂੰ ਇਹਦੇ ਵਿੱਚ, ਕੀ ਤੂੰ ਮੁਸਲਮਾਨਾਂ ਦੀ ਵਡਿਆਈ ਲਿਖਦਾ ਇਹਦੇ ਵਿੱਚ ਜਾਂ ਹਿੰਦੂਆਂ ਦੀ ਵਡਿਆਈ ਲਿਖਦਾ। ਸਤਿਗੁਰ ਬਾਬੇ ਨੇ ਕਹਿ ਦਿੱਤਾ ਸੀ ਉਸ ਦੱਸ ਦਿੱਤਾ ਸੀ ਉਸ ਵਕਤ ਉਹਨਾਂ ਨੂੰ ਨਾ ਮੁਸਲਮਾਨ ਦੀ ਵਡਿਆਈ ਹੈ ਇਹਦੇ ਵਿੱਚ ਨਾ ਹਿੰਦੂ ਦੀ ਵਡਿਆਈ ਹੈ ਵਿੱਚ, ਕੇਵਲ ਤੇ ਕੇਵਲ ਅਕਾਲ ਪੁਰਖ ਦੀ ਪ੍ਰਭੂ ਦੀ ਅੱਲਾਹ ਤਾਲਾ ਦੀ ਜਿਹੜੀ ਸਿਫਤ ਹੈ ਇਹਦੇ ਵਿੱਚ। ਤੇ ਇਹ ਵੀ ਲਾਈਨ ਉਹਨਾਂ ਦੀ ਪੜ੍ਹ ਲਈ ਸੀ ਨਾਲ ਹਿੰਦੂ ਤੇ ਮੁਸਲਮਾਨ ਦੋਨੋਂ ਹੀ ਅਗਰ ਅਸ਼ੁਭ ਕਰਮ ਨਹੀਂ ਕਰਦੇ ਦੋਵੇਂ ਹੀ ਰੋਣਗੇ, ਦੋਵੇਂ ਹੀ ਰੋਣਗੇ ਉੱਥੇ। ਹਿੰਦੂ ਮੁਸਲਮਾਨ ਦਾ ਦਰਗੇ ਅੰਦਰ ਲੈਣ ਨਾ ਢੋਈ ਸ਼ੁਭ ਅਮਲਾਂ ਦੇ ਵਾਧੋ ਜਿਹੜਾ ਹੈ ਉਹਨਾਂ ਨੂੰ ਉੱਥੇ ਵੀ ਜਿਹੜਾ ਸਤਿਕਾਰ ਨਹੀਂ ਮਿਲੇਗਾ। ਉੱਥੇ ਜਾਤ ਨਹੀਂ ਪੁੱਛੀ ਜਾਂਦੀ, ਉੱਥੇ ਸ਼ੁਭ ਅਮਲ ਪੁੱਛੇ ਜਾਂਦੇ ਨੇ। ਤੇਰੇ ਸ਼ੁਭ ਅਮਲ ਕੀ ਨੇ, ਤੂੰ ਕਰਮ ਕੀ ਕੀਤੇ ਨੇ। ਤਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੀਜੀ ਉਦਾਸੀ ਤੋਂ ਬਾਅਦ ਵਾਪਸ ਜਿਹੜਾ ਆਏ ਨੇ ਫਿਰ ਔਰ ਉੱਥੇ ਆ ਕੇ ਉਹਨਾਂ ਨੇ ਫਿਰ ਕਰਤਾਰਪੁਰ ਜਾ ਕੇ ਟਿਕਾਣਾ ਕਰਨਾ ਸ਼ੁਰੂ ਕੀਤਾ ਹੈ। ਉੱਥੋਂ ਹੀ ਉਹ 1521 ਵਿੱਚ ਵਾਪਸ ਆਏ ਸਨ ਤੀਜੀ ਉਦਾਸੀ ਖਤਮ ਕਰਕੇ। 1530 ਤੱਕ ਜਿਹੜਾ ਹੈ ਉਹ ਇੱਧਰ ਆਸੇ ਪਾਸੇ ਜਿਹੜਾ ਇਸੇ ਤਰ੍ਹਾਂ ਜਿਹੜੀ ਵਡਿਆਈ ਕਰਦੇ ਰਹੇ, ਇਸੇ ਤਰ੍ਹਾਂ ਪ੍ਰਚਾਰ ਕਰਦੇ ਰਹੇ ਆਸੇ ਪਾਸੇ। ਜਦੋਂ 1530 ਆਇਆ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਸ਼ਿਵਰਾਤ ਦਾ ਮੇਲਾ ਹੈ। ਸ਼ਿਵਰਾਤ ਦੇ ਮੇਲੇ ਉੱਤੇ ਚਲੇ ਗਏ ਅਚਲ ਬਟਾਲੇ ਵਿਖੇ। ਅਚਲ ਇੱਕ ਮੰਦਿਰ ਹੈ ਬਟਾਲੇ ਦੇ ਵਿੱਚ, ਉਸ ਅਚਲ ਦੇ ਵਿੱਚ ਸਾਰੇ ਜੋਗੀ ਸਾਲ 'ਚ ਇੱਕ ਵਾਰੀ ਇਕੱਠੇ ਹੁੰਦੇ ਨੇ। ਇਕੱਠੇ ਹੋ ਕੇ ਤੇ ਉਹ ਆਪਣੇ ਕ੍ਰਿਸ਼ਮੇ ਦਿਖਾਉਂਦੇ ਨੇ ਉੱਥੇ। ਗੁਰੂ ਨਾਨਕ ਪਾਤਸ਼ਾਹ ਜੀ ਵੀ ਉੱਥੇ ਪਹੁੰਚ ਗਏ। ਮੇਲਾ ਸੁਣ ਸਿਮਰਾਤ ਦਾ ਬਾਬਾ ਅਚਲ ਬਟਾਲੇ ਆਈ। ਸ਼ਿਵਰਾਤ ਦਾ ਮੇਲਾ ਸੁਣ ਕੇ ਅਚਲ ਬਟਾਲੇ ਪਹੁੰਚ ਗਏ। ਜੋਗੀਆਂ ਨੂੰ ਉੱਥੇ ਉਪਦੇਸ਼ ਬਖਸ਼ਿਸ਼ ਕੀਤਾ।
ਜੋ ਕੀ ਕਰਦੇ ਨੇ ਹੱਥ ਵਿੱਚ ਇੱਕ ਡੰਡਾ ਪਕੜਦੇ ਨੇ, ਇੱਕ ਆਪਣੀ ਝੋਲੀ ਲਟਕਾਉਂਦੇ ਨੇ ਜਿਹਨੂੰ ਖਿੰਤਾ ਕਹਿੰਦੇ ਨੇ, ਇੱਕ ਜਗਾਵਾਂ ਵਢਾਉਂਦੇ ਨੇ ਜਾਂ ਕਈ ਘਰਾਂ ਬਣਾਉਂਦੇ ਨੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ, ਜੋਗੀ ਇਸ ਤਰ੍ਹਾਂ ਯੋਗ ਨਹੀਂ ਹੁੰਦਾ, ਇਹ ਭੇਸਾਂ ਦੇ ਨਾਲ ਯੋਗ ਨਹੀਂ ਹੁੰਦਾ, ਇਹ ਭੇਖ ਨੇ। ਯੋਗ ਨਾ ਖਿੰਤਾ, ਯੋਗ ਨਾ ਡੰਡੇ, ਯੋਗ ਨਾ ਭਸਮ ਚੜ੍ਹਾਈਏ। ਕਈ ਭਸਮ ਲਾਈ ਵਜੇ ਨੇ ਉੱਤੇ ਆਪਣੇ, ਖਿੱਤਾ ਲਟਕਾਉਣ ਨਾਲ ਜੋਗੀ ਨਹੀਂ ਬਣ ਜਾਈਦਾ। ਜੋਗੀਓ ਯੋਗ ਨਾ ਖਿੱਤਾ, ਯੋਗ ਨਾ ਡੰਡੇ, ਇਹ ਡੰਡਾ ਹੱਥ ਫੜਨ ਨਾਲ ਜੋਗੀਓ ਜਿਹੜਾ ਨਹੀਂ ਬਣ ਜਾਈਦਾ ਜਿਹੜਾ ਹੈ ਜੋਗੀ। ਯੋਗ ਨਾ ਖਿੰਤਾ, ਯੋਗ ਨਾ ਡੰਡੇ, ਯੋਗ ਨਾ ਭਸਮ ਚੜ੍ਹਾਈਏ, ਯੋਗ ਨਾ ਮੁੰਡੀ ਮੂੰਡੇ ਮੰਡਾਈਏ, ਯੋਗ ਨਾ ਚੰਗੀ ਵਾਹੀਏ, ਅੰਜਨ ਮਾਏ ਨਿਰੰਜਨ ਰਹੀਏ, ਯੋਗ ਜੁਗਤ ਉਪਾਈਏ। ਜੇ ਯੋਗ ਦੀ ਜੁਗਤੀ ਸਿੱਖਣੀ ਹੈ ਤੇ ਮਾਇਆ ਦੇ ਕਾਲਕ ਤੱਕ ਬਾਹਰ ਦੇ ਵਿੱਚ ਰਹਿੰਦਿਆਂ ਹੋਇਆ ਮਾਲਕ ਦੀ ਕਾਇਆ ਤੋਂ ਦੂਰ ਰਹੋ, ਮਾਇਆ ਦੀ ਕਾਲਕ ਤੋਂ ਦੂਰ ਰਹੋ, ਅੰਜਨ ਮਾਏ ਨਿਰੰਜਨ ਰਹੀਏ। ਅੰਜਨ ਕਾਲਕ ਨੂੰ ਕਿਹਾ ਜਾਂਦਾ, ਔਰ ਉਸ ਕਾਲਕ ਤੋਂ ਨਿਰਲੇਪ ਹੋ ਕੇ ਰਹਿਣਾ ਹੀ ਯੋਗ ਪੁਣਾ ਹੈ, ਇਹੀ ਯੋਗੀ ਹੈ। ਸਾਨੂੰ ਜਿਹੜਾ ਹੈ ਮਿਲਦਾ ਹੈ, ਸਤਿਗੁਰੂ ਜੀ ਨੇ ਉਪਦੇਸ਼ ਚ ਬਖਸ਼ਿਸ਼ ਕੀਤਾ ਹੈ, ਗੁਰਸਿੱਖ ਜੋਗੀ ਜਾਗੇ। ਗੁਰਸਿੱਖਾਂ ਨੇ ਜੋਗੀ ਕਿਹਾ ਪਾਤਸ਼ਾਹ ਵਾਰ ਦੇ ਵਿੱਚ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਉਹੀ ਗੱਲ ਹੈ। ਸਤਿਗੁਰ ਪਾਤਸ਼ਾਹ ਜੀ ਜੋਗੀਆਂ ਨੂੰ ਜਿਹੜਾ ਉਪਦੇਸ਼ ਦੇ ਕੇ ਵਾਪਸ ਫਿਰ ਆਉਂਦੇ ਨੇ, ਮੁਲਤਾਨ ਨੂੰ ਚਲੇ ਗਏ। ਉੱਥੋਂ ਹੀ ਪਹਿਲਾਂ ਮੁਲਤਾਨ ਵਿੱਚ ਵੀ ਜਾ ਕੇ ਦੇਖਿਆ, ਬੜੇ ਪੀਰ ਫਕੀਰ ਨੇ ਬੜੇ ਉੱਥੇ, ਜਿਹੜਾ ਇੱਥੇ ਤਾਂ ਜੋਗੀ ਵੀ ਇਕੱਠੇ ਹੋਏ ਨੇ। ਉਹਨਾਂ ਸਾਰਿਆਂ ਨੇ ਸੋਚਿਆ ਇੱਥੇ ਤਾਂ ਪਹਿਲਾਂ ਹੀ ਪੀਰ ਫਕੀਰ ਬੜੇ ਨੇ, ਇਹ ਹੋਰ ਇੱਕ ਪੀਰ ਆ ਗਿਆ ਸਾਡੇ ਇੱਥੇ ਤਾਂ ਇਹਦੇ ਕੀ ਲੋੜ ਸੀ। ਦੁੱਧ ਦਾ ਕਟੋਰਾ ਭਰਿਆ ਹੋਇਆ ਲਿਆ ਕੇ ਸਾਹਮਣੇ ਰੱਖ ਦਿੱਤਾ, ਇਹ ਦੱਸਣ ਵਾਸਤੇ ਵੀ ਇਹ ਨਗਰੀ ਜਿਹੜੀ ਹੈ ਪੀਰਾਂ ਫਕੀਰਾਂ ਨਾਲ ਭਰੀ ਪਈ ਹੈ, ਕੋਈ ਥਾਂ ਨਹੀਂ ਹੈ ਤੇਰੇ ਵਾਸਤੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੁਸਕਰਾਏ, ਉਹਨਾਂ ਨੇ ਪਿਛਲੇ ਬੰਨੇ ਇੱਕ ਚਮੇਲੀ ਦਾ ਫੁੱਲ ਤੋੜਿਆ, ਉਹ ਦੁੱਧ ਦੇ ਕਟੋਰੇ ਵਿੱਚ ਰੱਖ ਦਿੱਤਾ, ਦੁੱਧ ਦੇ ਕਟੋਰੇ ਵਿੱਚ ਰੱਖ ਦਿੱਤਾ। ਜਦੋਂ ਤੇ ਜੋਗੀਆਂ ਨੂੰ ਸਮਝਾ ਦਿੱਤਾ ਬਈ ਇਹ ਸ਼ਹਿਰ ਵਿੱਚ ਜਿਸ ਤਰ੍ਹਾਂ ਇਹ ਚਮੇਲੀ ਦਾ ਫੁੱਲ ਜਿਹੜਾ ਹੈ ਇਹ ਦੁੱਧ ਦੇ ਕਟੋਰੇ ਵਿੱਚ ਰੱਖ ਕੇ ਦੁੱਧ ਨੂੰ ਕੋਈ ਫਰਕ ਨਹੀਂ ਪਿਆ, ਨਹੀਂ ਡੁੱਲਿਆ, ਸਾਡੇ ਆਉਣ ਨਾਲ ਤੁਹਾਨੂੰ ਕੋਈ ਫਰਕ ਨਹੀਂ ਪਏਗਾ, ਅਸੀਂ ਥੋੜ੍ਹੇ ਦਿਨਾਂ ਬਾਅਦ ਚਲੇ ਜਾਵਾਂਗੇ। ਮੁਲਤਾਨ ਤੋਂ ਵੀ ਵਾਪਸ ਆਏ ਕਰਤਾਰਪੁਰ ਵਾਲੇ, ਜ਼ਿਆਰਤ ਕਰ ਮੁਲਤਾਨ ਦੀ। ਬਾਬਾ ਬਾਬੇ ਨੇ ਜਿਹੜਾ ਯਾਦ ਕਰਕੇ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ, ਦੁਬਾਰਾ ਕਰਤਾਰਪੁਰੇ ਨੂੰ ਵਾਪਸ ਆਏ, ਕਰਤਾਰਪੁਰੇ ਆ ਗਏ ਔਰ ਉੱਥੇ ਆ ਕੇ ਉਹਨਾਂ ਨੇ ਫਿਰ ਜਿਹੜਾ ਭ੍ਰਮਣ ਕਰਨਾ ਸ਼ੁਰੂ ਕੀਤਾ, ਉਹ ਉਸੇ ਤਰ੍ਹਾਂ ਦੇ ਆਸਥਾ ਆਸੇ ਪਾਸੇ ਭ੍ਰਮਣ ਕਰਨਾ ਸ਼ੁਰੂ ਕੀਤਾ। ਕਰਤਾਰਪੁਰ ਵਿੱਚ ਹੀ ਪੱਕਾ ਟਿਕਾਣਾ ਬਣਾ ਲਿਆ ਉਹ ਆਪਣੇ ਪ੍ਰਚਾਰ ਕਰਨ ਦਾ, ਉਹੀ ਬੈਠੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆ ਕੇ ਕੀਤਾ ਕੀ, ਉਹ ਉਦਾਸੀਆਂ ਵਾਲੇ ਸਾਰੇ ਕੱਪੜੇ ਉਤਾਰ ਕੇ ਰੱਖ ਦਿੱਤੇ। ਉਦਾਸੀਆਂ ਦੇ ਕੱਪੜੇ ਜਿਹੜੇ ਹੁੰਦੇ ਨੇ ਉਹ ਗੇਰੂ ਰੰਗ ਦੇ ਕੱਪੜੇ, ਜਿਹੜੀਆਂ ਉਦਾਸੀਆਂ ਜਦੋਂ ਗਏ ਸਨ ਤੇ ਆਪਣੇ ਉਸੇ ਤਰ੍ਹਾਂ ਦੇ ਸਾਧੂਆਂ ਵਾਲੇ ਕੱਪੜੇ ਪਾ ਕੇ, ਗੇਰੂ ਰੰਗ ਦੇ ਕੱਪੜੇ ਪਾ ਕੇ ਉਦਾਸੀਆਂ ਦੇ ਕੱਪੜੇ ਪਾ ਕੇ ਤਾਂ ਗਏ ਸਨ। ਬਾਬਾ ਆਇਆ ਕਰਤਾਰਪੁਰ, ਵੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੇ ਉਤਾਰਾ। ਸਤਿਗੁਰ ਪਾਤਸ਼ਾਹ ਜੀ ਨੇ ਉੱਥੇ ਆਪਣਾ ਆਸਣ ਲਾ ਲਿਆ ਕਰਤਾਰਪੁਰ ਦੇ ਵਿੱਚ, ਉੱਥੇ ਬੈਠ ਕੇ ਹੀ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ।
ਸਾਰੇ ਆਪਣੇ ਭੇਖ ਜਿਹੜੇ ਸੀ ਉਦਾਸੀ ਭੇਖ ਸੀ ਉਤਾਰ ਦਿੱਤਾ, ਸੰਸਾਰੀ ਕੱਪੜੇ ਪਾ ਲਏ ਆਮ ਲੋਕਾਂ ਵਰਗੇ। ਕਿਰਤ ਕਮਾਈ ਕਰਨ ਲੱਗ ਗਏ, ਖੇਤਾਂ ਵਿੱਚ ਜਾ ਕੇ ਖੇਤੀਬਾੜੀ ਕਰਨ ਲੱਗੇ ਆਪ। ਸ਼ਾਮ ਸਵੇਰੇ ਸਤਸੰਗ ਕਰਨ, ਸੰਗਤਾਂ ਆਉਣੀਆਂ ਸਵੇਰੇ, ਉਹਨਾਂ ਨੂੰ ਜਿਹੜਾ ਹੈ ਉਪਦੇਸ਼ ਬਖਸ਼ਿਸ਼ ਕਰਨੇ, ਸ਼ਾਮ ਨੂੰ ਫਿਰ ਇਕੱਠੇ ਹੋਣਾ, ਫਿਰ ਉਪਦੇਸ਼ ਬਖਸ਼ਿਸ਼ ਕਰਨੇ, ਅਤੇ ਸਵੇਰ ਦੇ ਉਪਦੇਸ਼ਾਂ ਤੋਂ ਬਾਅਦ ਕਹਿਣਾ ਜਾਓ ਬਈ ਹੁਣ ਆਪਣੀ ਕਿਰਤ ਕਮਾਈ ਕਰੋ ਜਾ ਕੇ, ਸ਼ਾਮ ਨੂੰ ਫਿਰ ਆ ਜਾਣਾ। ਬਾਬਾ ਜੀ ਵੀ ਆਪਣੀ ਕਿਰਤ ਕਮਾਈ ਚਲੇ ਜਾਂਦੇ ਸਨ। ਉਹ ਕਰਤਾਰਪੁਰ ਦੀ ਧਰਤੀ, ਉੱਥੇ ਬੈਠ ਕੇ ਉਹਨਾਂ ਨੇ ਉਪਦੇਸ਼ ਚੁਣੇ ਚੇਲੇ ਸ਼ੁਰੂ ਕੀਤੇ, ਆਪਣਾ ਆਸਣ ਲਗਾ ਲਿਆ। 2 ਸਾਲ ਬੀਤੇ, 1530 ਦੇ ਵਿੱਚ ਜਦੋਂ ਵਾਪਸ ਆਏ ਸੀ, ਉਸ ਤੋਂ ਬਾਅਦ 2 ਸਾਲ ਬੀਤੇ ਹੋਰ ਇਸ ਤਰ੍ਹਾਂ ਉਪਦੇਸ਼ ਕਰਦਿਆਂ ਹੋਇਆ। 1532 ਦਾ ਜਦੋਂ ਸਮਾਂ ਆਇਆ, ਖਡੂਰ ਸਾਹਿਬ ਦੀ ਧਰਤੀ, ਉਹਦੇ ਵਿੱਚ ਰਹਿਣ ਵਾਲਾ ਭਾਈ ਲੈਣਾ, ਆਪਣੇ ਪਿੰਡ ਤੋਂ ਜਿਹੜਾ ਬਾਹਰ ਨੂੰ ਗਿਆ ਅੰਮ੍ਰਿਤ ਵੇਲੇ ਉੱਠ ਕੇ, ਜਦੋਂ ਬਾਹਰ ਨੂੰ ਗਿਆ ਉਸਦੇ ਕੰਨਾਂ ਵਿੱਚ ਇੱਕ ਆਵਾਜ਼ ਪਈ, ਆਵਾਜ਼ ਬੜੀ ਮਿੱਠੀ, ਆਵਾਜ਼ ਸੁਰੀਲੀ ਆਵਾਜ਼, ਖਿੱਚਿਆ ਗਿਆ ਦਿਲ। ਇਹ ਕੌਣ ਹੈ ਜੋ ਇਤਨੀ ਮਿੱਠੀ ਆਵਾਜ਼ ਵਿੱਚ ਇਹ ਜਿਹੜੀ ਕਲਾਮ ਕਰ ਦਿੰਦਾ ਸੁਣਾ ਰਿਹਾ ਹੈ? ਜਿੱਧਰ ਉਹ ਆਵਾਜ਼ ਆ ਰਹੀ ਸੀ ਲੈਣਾ ਜੀ, ਉੱਧਰ ਨੂੰ ਤੁਰ ਪਏ। ਜਾ ਕੇ ਦੇਖੇ ਕਿ ਭਾਈ ਜੋਤ ਦੇ ਘਰ ਦੇ ਅੰਦਰ ਆਵਾਜ਼ ਆ ਰਹੀ ਹੈ। ਦਰਵਾਜ਼ਾ ਖੜਕਾਇਆ, ਬੂਹਾ ਖੁੱਲ੍ਹਿਆ, ਅੰਦਰ ਗਏ, ਜਾ ਕੇ ਵੇਖਿਆ ਭਾਈ ਜੋਧ ਆਸਾ ਦੀ ਵਾਰ ਦਾ ਗਾਇਨ ਕਰ ਰਿਹਾ। ਆਸਾ ਦੀ ਵਾਰ ਦੀ ਬਾਣੀ ਦਾ ਗਾਇਨ ਕਰ ਰਿਹਾ ਹਾਂ, ਇਹ ਗਦਗਦ ਹੋ ਗਿਆ ਸੁਣ ਕੇ, ਬੈਠ ਕੇ ਅਲੱਗ ਗਿਆ। ਸੁਣਨ ਲੱਗਿਆ, ਸੰਪੂਰਨਤਾ ਹੋਈ, ਪੁੱਛਣ ਲੱਗਾ ਭਾਈ ਜੋਤ ਜੀ ਇਹ ਕਿਹਦਾ ਕਲਾਮ ਗਾ ਰਹੇ ਸੋ, ਇਹ ਕਿਹਦੀ ਬਾਣੀ ਗਾਇਨ ਕਰ ਰਹੇ ਸੋ? ਮੇਰਾ ਮਨ ਵਿੱਚ ਗਿਆ ਹੈ, ਖਿੱਚਿਆ ਗਿਆ ਹੈ ਮੇਰਾ ਮਨ, ਮੈਨੂੰ ਦੱਸੋ ਇਹ ਕੌਣ ਹੈ ਐਸੀ ਮਿੱਠੀ ਬਾਣੀ ਨੂੰ ਜਿਹੜਾ ਹੈ ਉਚਾਰਨ ਵਾਲਾ? ਭਾਈ ਜੋਤ ਨੇ ਕਿਹਾ, ਜੋਤ ਜੀ ਨੇ ਕਿਹਾ ਲੈਣੇ ਆ, ਤੈਨੂੰ ਨਹੀਂ ਪਤਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਜਿਸਦਾ ਮੈਂ ਗਾਇਨ ਕਰ ਰਿਹਾ ਸਾਂ। ਉਸੇ ਵੇਲੇ ਜਦੋਂ ਇਹ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਤੇ ਕਹਿਣ ਲੱਗਾ ਜੀ ਉਹ ਕੌਣ ਹਨ ਮੈਨੂੰ ਨਹੀਂ ਪਤਾ। ਤੇ ਭਾਈ ਜੋਤ ਜੀ ਨੇ ਕਿਹਾ ਵੀ ਤੈਨੂੰ ਪਤਾ ਨਹੀਂ, ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ, ਨੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਐਸਾ ਅਕਾਲ ਪੁਰਖ ਦਾ ਰੂਪ ਜਿਹੜਾ ਹੈ ਇੱਥੇ ਸੰਸਾਰ ਧਰਤੀ ਤੇ ਆਇਆ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਉਹਦਾ ਮਨ ਵਿੱਝ ਗਿਆ, ਲੈਣੇ ਦੇ ਮਨ ਵਿੱਚ ਜਿਹੜਾ ਹੈ ਏਦਾਂ ਲੱਗਾ ਜਿੱਦਾਂ ਕਿ ਕਿਸੇ ਤਰ੍ਹਾਂ ਦੀ ਤਿਲ ਮਲਾਹਟ ਪੈਦਾ ਹੋ ਗਈ, ਕਿਹੜਾ ਵੇਲਾ ਹੋਵੇ ਮੈਂ ਜਾ ਕੇ ਮਿਲਾਂ ਉਸ ਨੂੰ। ਹਰ ਦਰਸ਼ਨ ਕੋ ਮੇਰਾ ਮਨ ਵੋ ਤਿੱਤੇ ਜੋ ਤਿਖਾ ਮਤ ਬਿਨ ਨੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਐਸਾ ਪ੍ਰੇਮ ਦਾ ਤੀਰ ਵੱਜ ਗਿਆ, ਮਨ ਜਿਹੜਾ ਤਿਲ ਮਲਾਹਟ ਕਰਨ ਲੱਗ ਗਿਆ ਕਿ ਮੈਂ ਕਿਹੜਾ ਵੇਲਾ ਹੋਵੇ ਉਸ ਨੂੰ ਮਿਲਾਂ ਜਾ ਕੇ। ਭਾਈ ਜੋਤ ਜੀ ਨੇ ਕਿਹਾ ਲੈਣਿਆ
ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਸਾਰੇ ਦਾ ਭ੍ਰਮਣ ਕਰ ਕਰਕੇ ਦੁਖੀਆਂ ਦੇ ਦੁੱਖ ਨਿਵਰਤ ਕੀਤੇ ਨੇ, ਪਾਪੀਆਂ ਦੇ ਪਾਪ ਮੁਕਾਏ ਨੇ, ਰਜਵਾੜਿਆਂ ਨੂੰ ਮਦਦ ਦਿੱਤੀ ਹੈ, ਜ਼ੁਲਮ ਉਹਨਾਂ ਦੇ ਹਟਾਏ ਨੇ। ਇਹ ਉਹ ਗੁਰੂ ਨਾਨਕ ਪਾਤਸ਼ਾਹ ਜੀ ਇਹ ਧਰਤੀ ਉੱਤੇ ਅਕਾਲ ਨਿਰੰਕਾਰ ਅਕਾਲ ਰੂਪ ਜਿਹੜਾ ਹੋ ਕੇ ਆਇਆ। ਪੁੱਛਿਆ ਉਹ ਕਿੱਥੇ ਰਹਿੰਦੇ ਨੇ, ਦੱਸਿਆ ਉਹਨਾਂ ਨੇ ਅੱਜ ਕੱਲ੍ਹ ਕਰਤਾਰਪੁਰ ਦੀ ਧਰਤੀ, ਉਹ ਧਰਤੀ 'ਤੇ ਉਹਦੇ ਵਿਸ਼ਰਾਮ ਕਰਦੇ ਨੇ, ਲੋਕਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਨ ਵਿੱਚ ਧਾਰ ਲਿਆ ਕਿਉਂਕਿ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਧਾਰਮਿਕ ਰੁਚੀ ਹੈ ਸੀ, ਮਨ ਵਿੱਚ ਧਾਰ ਲਿਆ ਜਦੋਂ ਮੈਂ ਐਤਕਾਂ ਜਾਵਾਂਗਾ, ਰਸਤੇ ਵਿੱਚ ਕਰਤਾਰਪੁਰ ਪੈਂਦਾ, ਮੈਨੂੰ ਪਤਾ ਹੀ ਨਹੀਂ ਅੱਜ ਤੱਕ ਲੱਗਾ, ਮੈਂ ਕਰਤਾਰਪੁਰ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂਗਾ। ਪਹਿਲਾਂ ਜਦੋਂ ਆਪਣੇ ਟੋਲੇ ਦੇ ਵਿੱਚ ਮਿਲ ਕੇ ਜਾ ਰਹੇ ਸਨ ਨਾ ਦੇਵੀ ਦੇ ਦਰਸ਼ਨਾਂ ਨੂੰ, ਉਦੋਂ ਤਕਰੀਬਨ ਇਹੋ ਰਸਤਾ ਪੈਂਦਾ ਸੀ ਉਸ ਪਾਸੇ ਨੂੰ ਜਾਣ ਦਾ। ਸਾਥੀਆਂ ਨੂੰ ਕਹਿ ਦਿੱਤਾ ਤੁਸੀਂ ਅੱਗੇ ਜਾਓ ਬਈ, ਮੈਂ ਜਿਹੜਾ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਉਣਾ ਵਾਪਸ। ਚੱਲ ਪਏ ਸਨ, ਘੋੜੀ ਦੇ ਉੱਤੇ ਸਵਾਰ ਸਨ। ਕਿਸੇ ਨੇ ਪੁੱਛ ਲਿਆ ਵੀ ਕਰਤਾਰਪੁਰ ਨੂੰ ਕਿਹੜਾ ਰਸਤਾ ਜਾਂਦਾ, ਕਿਸੇ ਨੇ ਦੱਸਤਾ ਵੀ ਇਹ ਰਸਤਾ ਜਾਂਦਾ। ਉਸ ਦੇ ਰਸਤੇ ਦੇ ਚੱਲਦੇ ਚੱਲਦੇ ਗਾ ਰਹੇ ਸਨ, ਅੱਗੋਂ ਇੱਕ ਬਾਬਾ ਸੰਸਾਰੀ ਕੱਪੜੇ ਪਾਏ ਹੋਏ, ਹੱਥ ਵਿੱਚ ਦਾਤਰੀ ਹੈ, ਮਿਲੇ ਤੇ ਘੋੜੀ ਨੂੰ ਰੋਕ ਕੇ ਤੇ ਕਹਿਣ ਲੱਗੇ ਬਾਬਾ ਗੁਰੂ ਨਾਨਕ ਦਾ ਡੇਰਾ ਕਿੱਥੇ ਹੈ ਇੱਥੇ? ਗੁਰੂ ਨਾਨਕ ਦਾ ਡੇਰਾ ਜਦੋਂ ਪੁੱਛਿਆ ਤੇ ਕਹਿਣ ਲੱਗੇ ਬਾਬਾ, ਕਹਿਣ ਲੱਗਾ ਬਈ ਮੈਂ ਵੀ ਉਹਦੇ ਡੇਰੇ 'ਤੇ ਹੀ ਜਾਣਾ, ਚੱਲ ਮੈਂ ਤੈਨੂੰ ਲੈ ਚੱਲਦਾ ਹਾਂ, ਲੈ ਘੋੜੀ ਦੀ ਲਗਾਮ ਮੈਨੂੰ ਫੜਾ। ਘੋੜੀ ਦੀ ਲਗਾਮ ਫੜ ਕੇ ਅੱਗੇ ਅੱਗੇ ਲੈ ਤੁਰੇ, ਉਹ ਘੋੜੀ 'ਤੇ ਸਵਾਰ ਹੀ ਸਨ। ਜਦੋਂ ਡੇਰੇ 'ਤੇ ਪਹੁੰਚੇ ਹਨ ਤੇ ਡੇਰੇ 'ਤੇ ਪਹੁੰਚ ਕੇ ਬਾਬੇ ਨੇ ਕਿਹਾ ਬਈ ਉਹ ਜਿਹੜਾ ਦਰਖਤ ਆ ਨਾ ਉਹਦੇ ਨਾਲ ਜਾ ਕੇ ਘੋੜੀ ਬੰਨਿਆ, ਉੱਥੇ ਦੇ ਖਾਣ ਵਾਸਤੇ ਦਾਣਾ ਪੱਠਾ ਵੀ ਹੈ ਉਹ ਵੀ ਪਾ ਆਵੀਂ, ਉੱਥੇ ਪਾਣੀ ਹੈ ਤੇ ਪਾਣੀ ਵੀ ਡਾ ਆਵੀਂ, ਤੇ ਅੰਦਰ ਜਾ ਕੇ ਬਾਬੇ ਦੇ ਦਰਸ਼ਨ ਕਰ ਲਏ। ਉਹ ਘੋੜੀ ਬੰਨਣ ਚਲਾ ਗਿਆ, ਬਾਬਾ ਜੀ ਦੂਸਰੇ ਪਾਸੇ ਜਾ ਕੇ ਆਪਣੇ ਹੱਥ ਮੂੰਹ ਧੋਤਾ, ਕੱਪੜੇ ਬਦਲੇ, ਜਾ ਕੇ ਬੈਠ ਗਏ ਆਪਣੇ ਆਪਣੇ ਮੰਜੇ ਦੇ ਉੱਤੇ, ਆਪਣੇ ਸਥਾਨ ਦੇ ਉੱਤੇ ਬੈਠ ਕੇ ਜਾ ਕੇ ਬਾਹਰ ਸੇਵਾਦਾਰ ਖੜਾ ਸੀ, ਕਹਿਣ ਲੱਗੇ ਜੀ ਮੈਂ ਬਾਬੇ ਨੂੰ ਮਿਲਣਾ। ਬਾਬਾ ਜੀ ਕਿੱਥੇ ਨੇ? ਅੰਦਰ ਆ, ਆਪ ਵੀ ਦਰਸ਼ਨ ਕਰ ਲਾ ਜਾ ਕੇ। ਜਦੋਂ ਅੰਦਰ ਵੜਿਆ, ਸਾਹਮਣੇ ਨਜ਼ਰ ਪਈ, ਕਹਿਣ ਲੱਗਾ ਹੈਰਾਨ ਹੋ ਗਿਆ, ਦੋ ਕਦਮ ਫਿਰ ਪਿੱਛੇ ਨੂੰ ਆਇਆ, ਸੇਵਾਦਾਰ ਨੂੰ ਫਿਰ ਪੁੱਛਿਆ ਬਈ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ ਗੁਰੂ ਨਾਨਕ ਦੇ। ਕਹਿਣ ਲੱਗਾ ਕਹਿੰਦਾ ਜੀ ਇਹੋ ਹੀ ਤਾਂ ਗੁਰੂ ਨਾਨਕ ਨੇ, ਹੈ ਇਹ ਗੁਰੂ ਨਾਨਕ ਨੇ, ਬੜੀ ਇਹ ਵਗਿਆ ਹੋ ਗਈ, ਬੜਾ ਮੇਰੇ ਕੋਲ ਭੁੱਲ ਹੋ ਗਈ ਵੱਟੀ, ਅੱਖਾਂ ਤੋਂ ਛਮ ਛਮ ਅੱਥਰੂ ਆ ਗਏ, ਝੱਟ ਜਾ ਕੇ ਗੁਰੂ ਨਾਨਕ ਦੇ ਚਰਨ ਫੜ ਲਏ। ਗੁਰੂ ਨਾਨਕ ਦੇ ਚਰਨਾਂ 'ਤੇ ਜਦੋਂ ਮੱਥਾ ਟੇਕਿਆ ਤੇ ਹੱਥਰੂਆਂ ਦੇ ਨਾਲ ਚਰਨ ਧੋ ਸੁੱਟੇ, ਰੋਈ ਜਾ ਰਹੇ ਨੇ। ਬਾਬਾ ਜੀ ਨੇ ਉਹਨਾਂ ਲਹਿਣੇ ਦਾ ਸਿਰ ਚੁੱਕਿਆ, ਆਪਣੇ ਪਰਨੇ ਦੇ ਨਾਲ ਉਹਦਾ ਮੂੰਹ ਸਾਫ਼ ਕੀਤਾ, ਕਹਿਣ ਲੱਗੇ
भाई क्यों रो रहे हैं तू? कहने लगे बाबा मेरिया अखां दे विच अज्ञानता सी, मैनू नहीं सी पता तू गुरु नानक है, मैं नहीं पछाण सकिया। बाबा बड़ी वड्डी भुल हो गई, तू मेरी लगाम घोड़ी दी फड़ के अगे अगे तुरिया आया ते मैं घोड़ी ते चढ़िया आया। बाबा जी ने कहा भाई तेरा नाम की है? कह लगे जी लैण। वो भाई फिर लैणा तेरा नाम है, रोंदा क्यों है? तू लैणा है ते असा तेन कुछ देना है, तू कुछ लैण वास्ते आया इत्थे। वो लैणेदार घोड़िया ते आंदे ने, देनदार लगामा ही फड़दे ने। रो ना, चुप हो जा। कह लगा बाबा अज तो बाद मैनू अपने चरणा में स्थान बख्शिश कर दे, मैं इत्थे रहना। गुरु नानक पातशाह जी ने उसने क्या लैने नूं लैने आ, इत्थे स्थान देने वास्ते ही ते तू ने तेनू लियांदा इत्थे। लगातार सेवा विच जुट गए, बड़ी करड़ी सेवा की थी, बड़ी करड़ी सेवा। और करड़ी सेवा भी आहो जी, हस्ती सिर जो अंकस है, एरन जो सिर दे, मन तन आगे राख के वो भी सेव करे, आहो जी सेवा की थी। करड़ी सेवा लगातार की थी, विच विच कदी कदी गुरु नानक साहब उन्होंने अपने पिंड भेज देंदे सन अपने परिवार का पता लैन वास्ते, दो चार दिन रहना फिर उन्हें आ जाना, फिर कई बार भेजते फिर रहना फिर आ जाना। 7 साल लगातार अणथक सेवा की, अणथक सेवा, निर्माण हो के, निष्काम ते निर्माण हो के सेवा की बाबे लैने ने। सत्संग जी असी सेवा करते हैं ना, पता की होंगे कई दफा मैं इतनी माया दिती, मेरा सत्कार नहीं किया इन्होंने, सेवा करते हो ना हंकार आ जाता, मैं इतनी सेवा की और कोई करने वास्ते नहीं आया, मेरा सत्कार नहीं किया गया। कई बार मन में आता जो मैं ना हों गुरुद्वारा ही ना बनता, हंकार आ जाता मन में, जे मैं ना हों मंजिला ही ना बनती। गुरु कहता भाई तू जिथे जाना जा, सेवा करने वाले होर बड़े आ जाएंगे, सेवा करने वाले होर बड़े आ जाएंगे, हंकार है। सेवा करके हथी सेवा करके पुन खटना सी, कोई लाभ उठाना सी, हंकार दे नाल आके सब कुछ गवा बैठा। बड़िया गल्लां करदा फिर मैं इन्नी सेवा की, मैं आ कीता, मैं वह कीता, यह कीता। सतसंगत जी गुरु तेग बहादुर पातशाह जी की बाणी तुसीं सुणदे हो ना, उहदे विच गुरु तेग बहादुर पातशाह जी कहिंदे ने तीर्थ वरत अर दान कर मन में तरे गुमान, नानक निफल जाते जो कुंचर इशनान। कुंचर हाथी नूं कहा जांदा, हाथी नूं मल मल के नवा दिओ, साबण ला ला के नवा दिओ, उहदी खसलत है। उहनें फिर अपनी सुरद नाल अपने उत्ते मिट्टी पाउण लग पैणा, उहदी खसलत है। इस तरह जिहड़ा मनुख सेवा करके बहुत बड़िया वड्डा हंकार दीआं गल्लां करदा ना, उस बंदे का भी हाथी वर्गा ही हाल है। सेवा की सब कुछ किया, हंकार का चक्कर अपने उत्ते पाउण लग पिया, बाद विच इहदा भी हाथी वर्गा हिसाब है। सेवा जिहड़ी है निष्कामता दे नाल हुंदी है, हंकार दे नाल नहीं हुंदी। हंकार खा जांदा साडी सेवा, साडे कीते होए काम नूं सारे नूं मुका दिंदा, खत्म कर दिंदा। रोज पढ़दे हाँ, थोड़ सुनते हाँ, चाकर लगे चाकरी नाले गर्भवाद, नाले सेवा करे नाले गर्भ दीआं गल्लां करे, हंकार दीआं गल्लां करे,
ਚਾਕਰ ਲੱਗੇ ਚਾਕਰੀ ਨਾਲੇ ਘਰ ਬਾਰ ਗੱਲਾਂ ਕਰੇ ਕਢੇਰੀਆਂ ਖਸਮ ਨਾ ਪਾਏ ਸਨ। ਐਸਾ ਮਨੁੱਖ ਬੜੀਆਂ ਗੱਲਾਂ ਕਰਦਾ, ਮੈਂ ਆਹ ਕੁਝ ਕੀਤਾ, ਉਹ ਕੁਝ ਕੀਤਾ, ਇਹ ਕੀਤਾ, ਸੇਵਾ ਕੀਤੀ, ਇਹ ਕੀਤਾ, ਪਰ ਐਸੀ ਕੀਤੀ ਹੋਈ ਸੇਵਾ ਵਿੱਚ ਥਾਏ ਨਹੀਂ ਪੈਂਦੀ, ਮਾਲਕ ਦੀ ਖੁਸ਼ੀ ਉਸ ਨੂੰ ਨਹੀਂ ਮਿਲਦੀ। ਖਸਮ ਨਾ ਪਾਏ ਸਨ, ਮਾਲਕ ਦੀ ਖੁਸ਼ੀ ਨਹੀਂ ਮਿਲਦੀ। ਸਤਸੰਗ ਜੀ, ਮਾਲਕ ਦੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਮਾਲਕ ਦੇ ਜਦੋਂ ਮਾਲਕ ਦੀ ਰਜ਼ਾ ਵਿੱਚ ਤੁਰਿਆ ਜਾਵੇ। ਮਾਲਕ ਦੀ ਰਜ਼ਾ ਵਿੱਚ ਤੁਰਨ ਦੇ ਨਾਲ ਹੀ ਜਿਹੜੇ ਮਾਲਕ ਦੀ ਖੁਸ਼ੀ ਮਿਲ ਸਕਦੀ ਹੈ, ਨਹੀਂ ਤਾਂ ਨਹੀਂ ਮਿਲਦੀ। ਕੋਈ ਨੌਕਰ ਹੋਵੇ, ਮਾਲਕ ਨੇ ਕਿਹਾ ਕੰਮ ਕਰਕੇ ਆ, ਉਹ ਕੀਤਾ ਹੀ ਨਾ ਹੋਵੇ, ਉਹ ਕੰਮ ਕੀਤਾ ਹੀ ਨਾ ਹੋਵੇ ਤੇ ਮਾਲਕ ਦੀ ਖੁਸ਼ੀ ਮਿਲ ਜਾਏਗੀ ਉਸਨੂੰ, ਨਹੀਂ ਮਿਲੇਗੀ। ਐਸੀ ਸੇਵਾ ਲਹਿਣਾ ਜੀ ਨੇ ਕੀਤੀ ਉੱਥੇ, ਸਤਸੰਗ ਸੱਤ ਸਾਲ ਲਗਾਤਾਰ ਸੇਵਾ ਕਰਦਿਆਂ ਬੀਤ ਗਏ। ਸੇਵਾ ਕਰਦਿਆਂ ਹੋਇਆ ਹੁਕਮ ਨੂੰ ਮੰਨਿਆ, ਹੁਕਮ ਦੀ ਬਹੁਤ ਵੱਡੀ ਮਹਾਨਤਾ ਹੈ ਗੁਰੂ ਘਰ ਦੇ ਵਿੱਚ, ਹੁਕਮ ਮੰਨਣ ਦੀ। ਗੁਰੂ ਘਰ ਦੇ ਵਿੱਚ ਰਹਿੰਦੇ ਹਾਂ, ਸੇਵਾ ਕਰਦਾ ਹਾਂ, ਰੋਜ਼ ਪੜ੍ਹਦਾ ਸੀ, ਹੁਕਮੀ ਹੋਵਣ ਕਾਰ ਹੁਕਮ ਦਾ ਕਿਹਾ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮੇ ਲਿਖ ਦਿਵਸ ਪਾਈਐ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ, ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ। ਪੜ੍ਹਦਾ ਸੀ ਰੋਜ਼, ਯਾਦ ਸੀ ਉਹਨੂੰ, ਇਸ ਕਰਕੇ ਹੁਕਮ ਦੀ ਪਾਲਣਾ ਕਰਦਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਸੇ ਜਿਹੀਆਂ ਬਾਣੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਪੜ੍ਹਦਾ ਸੀ। ਸਤਸੰਗ ਜੀ, ਜਿਹੜੀ ਸਾਡੀ ਸਿੱਧ ਗੋਸ਼ ਬਾਣੀ ਚੱਲ ਰਹੀ ਹੈ ਨਾ, ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਚਲ ਬਟਾਲੇ ਤੋਂ ਹੋ ਕੇ ਆਣ ਕੇ 1530 ਦੇ ਵਿੱਚ ਕਰਤਾਰਪੁਰ ਸਾਹਿਬ ਆ ਕੇ ਉਸ ਵਕਤ ਲਿਖੀ, 1530 ਤੋਂ ਬਾਅਦ ਜੋਗੀਆਂ ਲਗਾਤਾਰ ਉਪਦੇਸ਼ ਦਿੰਦੇ ਚਲੇ ਗਏ ਸਨ, ਪ੍ਰਸ਼ਨ ਦੇ ਉੱਤਰ, ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਚਲੇ ਗਏ ਸਨ, ਰੋਜ਼ ਸੁਣ ਰਹੇ ਹੋ ਤੁਸੀਂ। ਇਹ ਬਾਬੇ ਦੀ ਉਚਾਰਨ ਕੀਤੀ ਹੋਈ ਬਾਣੀ ਕਰਤਾਰਪੁਰ ਸਾਹਿਬ ਵਿਖੇ ਉਹਨਾਂ ਨੇ ਉਚਾਰਨ ਕੀਤੀ 1530 ਤੋਂ ਬਾਅਦ। ਸਤਸੰਗ ਜੀ, ਹੁਕਮ ਦੀ ਪਾਲਣਾ ਇਤਨੀ ਕਰੜੀ ਕੀਤੀ ਉਹਨਾਂ ਨੇ, ਕਦੇ ਵੀ ਗੁਰੂ ਨਾਨਕ ਦਾ ਹੁਕਮ ਨਹੀਂ ਮੋੜਿਆ। ਪੰਦਰਾਂ ਸੌ 1539 ਦਾ ਸਮਾਂ ਆ ਗਿਆ। ਇੱਕ ਦਿਨ ਬਾਬਾ ਜੀ ਅੱਧੀ ਰਾਤ ਉੱਠ ਖਲੋਤੇ, ਅੱਧੀ ਰਾਤੀ ਉੱਠ ਕੇ ਕਹਿਣ ਲੱਗੇ ਵੀ ਕਿੰਨੀ ਕੁ ਰਾਤ ਗਈ ਹੈ। ਕੋਈ ਕਹਿਣ ਲੱਗਾ ਅੱਧੀ ਗਈ ਆ, ਕੋਈ ਕਹਿੰਦਾ ਜੀ ਇੰਨੀ ਗਈ ਆ, ਕੋਈ ਕਹਿੰਦਾ ਇੰਨੀ ਗਈ ਹੈ। ਬਾਬਾ ਲਹਿਣਾ ਜੀ ਨੂੰ ਪੁੱਛਿਆ ਤੇ ਬਾਬਾ ਲਹਿਣਾ ਜੀ ਕਹਿੰਦੇ, ਬਾਬਾ ਜੀ ਆਪ ਦੇ ਹੁਕਮ ਵਿੱਚ ਜਿਤਨੀ ਬੀਤੀ ਹੈ ਬੀਤ ਗਈ ਹੈ, ਜਿੰਨੀ ਰਹਿ ਗਈ ਉਹ ਵੀ ਆਪਦੇ ਹੁਕਮ ਵਿੱਚ ਬੀਤ ਜਾਣੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸੇ ਵੇਲੇ ਕਿਹਾ ਵੀ ਮੇਰੇ ਜਿਹੜੇ ਕੱਪੜੇ ਲੈ ਜਾਓ, ਜਿਹੜਾ ਧੋ ਕੇ ਲਿਆਓ। ਅੱਧੀ ਰਾਤ ਕੱਪੜੇ ਧੋ ਕੇ ਲਿਆਓ, ਰਾਵੀ ਵਿੱਚ ਜਾ ਕੇ ਕਿਸੇ ਨੇ ਕਿਹਾ, ਬਾਬਾ ਜੀ ਕੱਪੜੇ ਦੀ ਰਾਤੀ ਕੀ ਲੋੜ ਪੈ ਗਈ, ਤੁਹਾਨੂੰ ਹੋਰ ਕੱਪੜੇ ਦੇ ਦਿੰਦੇ ਹਾਂ। ਪਰ ਭਾਈ ਲਹਿਣਾ ਜੀ ਸੀ ਜਿਹੜੇ ਕਿ ਉਸ ਕੱਪੜਿਆਂ ਨੂੰ ਨਾਲ ਲੈ ਕੇ
ਰਾਜੀ ਵਿੱਚ ਧੋਣ ਵਾਸਤੇ ਅੱਧੀ ਰਾਤੀ ਚਲੇ ਗਏ ਸਨ। ਹੁਕਮ ਮੰਨਿਆ ਸੀ। ਹੁਕਮ ਦੀ ਬੜੀ ਮਹਾਨਤਾ ਹੈ ਗੁਰੂ ਘਰ ਦੇ ਵਿੱਚ। ਹੁਕਮ ਮੰਨ ਕੇ ਉਹਨਾਂ ਨੇ ਹਮੇਸ਼ਾ ਆਪਣਾ ਜੀਵਨ ਨੂੰ ਜਿਹੜਾ ਹੈ ਇਸੇ ਤਰ੍ਹਾਂ ਗੁਰੂ ਘਰ ਨਾਲ ਜੋੜਿਆ। ਇੱਕ ਦਿਨ ਇਸੇ ਤਰ੍ਹਾਂ ਹੀ ਬਾਬਾ ਜੀ ਕਹਿਣ ਲੱਗੇ, ਲੈਣੇ ਚੱਲ ਵੀ ਜਰਾ ਖੇਤਾਂ ਨੂੰ ਚੱਲੀਏ। ਚਲੇ ਗਏ। ਖੇਤਾਂ ਨੂੰ ਚਲੇ ਗਏ। ਉੱਥੇ ਜਾ ਕੇ ਵੇਖਿਆ ਖੇਤਾਂ ਵਿੱਚ ਜਿਹੜਾ ਪਾਣੀ ਵੜਿਆ ਹੋਇਆ, ਖਿੱਲੇ ਹੋਏ ਹਨ, ਪੱਠੇ ਵੱਡੇ ਹਨ, ਭਰੀ ਬਣਾਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਲੈਣੇ ਕਹਿ ਲੈਣੇ ਆ, ਚੁੱਕ ਵੀ ਚੱਲੀਏ ਜਰਾ ਉੱਥੇ ਡੇਰੇ ਲੈ ਚੱਲੀਏ, ਪਸ਼ੂਆਂ ਨੂੰ ਪਾਉਣੇ ਨੇ ਪੱਠੇ। ਬਾਬਾ ਲਹਿਰਾਂ ਨੇ ਚੁੱਕ ਲਏ, ਸਤਵਚਨ ਕਹਿ ਕੇ ਚੁੱਕੇ ਸਾਰਾ ਪਾਣੀ, ਮਿੱਟੀ ਵਾਲਾ ਜਿਹੜਾ ਹਚੋ ਰਿਹਾ ਹੈ ਬਾਬਾ ਜੀ ਦੇ ਕੱਪੜਿਆਂ ਦੇ ਉੱਤੇ, ਬਾਬਾ ਲਹਿਰਾਂ ਜੀ ਦੇ ਕੱਪੜਿਆਂ 'ਤੇ। ਜਦੋਂ ਡੇਰੇ 'ਤੇ ਪਹੁੰਚੇ, ਮਾਤਾ ਸੁਲੱਖਣੀ ਨੇ ਕਿਹਾ, ਬਾਬਾ ਜੀ ਕਿਸੇ ਹੋਰ ਸੇਵਾਦਾਰ ਨੂੰ ਕਹਿ ਦੇਣਾ ਸੀ, ਕਿਸੇ ਹੋਰ ਨੂੰ ਕਹਿ ਦੇਣਾ ਸੀ ਚੁੱਕ ਕੇ ਲੈ ਆਉਂਦਾ। ਉਹਦੇ ਵਿਚਾਰੇ ਦੇ ਦੇਖੋ ਕੱਪੜੇ ਖਰਾਬ ਹੋ ਗਏ ਸਾਰੇ। ਕਹਿਣ ਲੱਗੀ ਸੁਲੱਖਣੀਏ, ਇਹ ਪਾਣੀ ਗੰਦਾ ਨਹੀਂ, ਇਹ ਕੇਸਰ ਦੇ ਛਿੜਕੇ ਨੇ, ਕੇਸਰ ਦੇ ਛਿੜਕੇ। ਇਸੇ ਤਰ੍ਹਾਂ ਹੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਵਾਰੀ ਕਿਹਾ, ਬਈ ਹੈ ਬੜੇ ਦਿਆ ਚੂਹਾ ਮਰਿਆ ਪਿਆ ਇੱਥੇ, ਇੱਥੇ ਤਾਂ ਬੋਹ ਆ ਰਹੀ, ਜਾਓ ਚੁੱਕ ਕੇ ਬਾਹਰ ਸੁੱਟ ਕੇ ਆਓ। ਪੁੱਤਰਾਂ ਨੇ ਵੀ ਕਿਹਾ, ਬਾਬਾ ਜੀ, ਪਿਤਾ ਜੀ, ਇਹ ਸਵੇਰੇ ਕੋਈ ਜਮਾਦਾਰ ਆ ਗਿਆ, ਉਹਦੇ ਕੋਲ ਆ ਜਾਵਾਂਗੇ, ਹਾਲੇ ਕੀ ਲੋੜ ਪੈ ਗਈ ਹੈ। ਨਹੀਂ ਚੁੱਕਿਆ। ਬਾਬਾ ਲਹਿਣਾ ਜੀ ਸੀ ਜਿਨ੍ਹਾਂ ਨੇ ਚੁੱਕ ਕੇ ਜਿਹੜਾ ਬਾਹਰ ਸੁੱਟ ਕੇ ਆਏ ਸਨ। ਹੁਕਮ ਮੰਨਿਆ। ਸਤਿਸੰਗ ਜੀ, ਇਸੇ ਤਰ੍ਹਾਂ ਦੀ ਰਾਤ ਹੋਈ, ਮੀਂਹ ਵਰ ਰਿਹਾ ਬੜਾ ਤਕੜਾ, ਡੇਰੇ ਦੀ ਇੱਕ ਕੰਧ ਟੁੱਟ ਗਈ, ਢਹਿ ਪਈ। ਗੁਰੂ ਨਾਨਕ ਸਾਹਿਬ ਨੇ ਕਿਹਾ ਜੀ, ਇਹਨੂੰ ਹੁਣੇ ਬਣਾਓ। ਪੁੱਤਰਾਂ ਨੇ ਕਿਹਾ, ਬਾਬਾ ਜੀ ਸਵੇਰੇ ਮਿਸਤਰੀ ਨੂੰ ਬੁਲਾਵਾਂਗੇ, ਬਣਵਾ ਦਿਆਂਗੇ, ਮੀਂਹ ਵਰ ਰਿਹਾ ਹੈ, ਇਹਦੇ ਵਿੱਚ ਕਿੱਥੇ ਬਣਨੀ ਹੈ ਕੰਧ। ਬਾਬਾ ਲਹਿਣਾ ਜੀ ਸੀ ਜਿਹੜਾ ਹੁਕਮ ਮੰਨ ਕੇ ਕੰਧ ਬਣਾਉਣ ਲੱਗ ਪਏ। ਕਿਸੇ ਨੇ ਪੁੱਛਿਆ, ਲਹਿਣਿਆ ਮੀਂਹ ਵਰ ਰਿਹਾ, ਇਹ ਤੂੰ ਮਿੱਟੀ ਦੇ ਥੋਬੇ ਮਾਰ ਰਿਹਾ, ਇਹ ਰਹਿ ਜਾਏਗੀ ਮੀਂਹ ਦੇ ਵਿੱਚ, ਇਹ ਬਣ ਜਾਏਗੀ ਕੰਧ ਤੇਰੇ ਕੋਲੋਂ। ਕਹਿਣ ਲੱਗਾ, ਮੈਨੂੰ ਕੋਈ ਮਤਲਬ ਨਹੀਂ ਬਣੇ ਜਾਂ ਨਾ ਬਣੇ, ਗੁਰੂ ਨਾਨਕ ਨੇ ਹੁਕਮ ਕੀਤਾ ਮੈਂ ਬਣਾਉਣੀ ਹੈ, ਬਣਦੀ ਹੈ ਜਾਂ ਨਹੀਂ ਬਣੀ, ਜੇ ਬਣਦੀ ਹੈ ਤਾਂ ਨਹੀਂ ਬਣੇ, ਤਾਂ ਨਹੀਂ ਤਾਂ ਗੁਰੂ ਨਾਨਕ ਜਾਣੇ ਅੱਗੇ ਬਣਾ ਲਵਾ। ਮੈਂ ਹੁਕਮ ਮੰਨਣਾ ਚਾਹੁੰਦਾ, ਮੰਨਿਆ ਹੁਕਮ। ਇਸ ਤਰ੍ਹਾਂ ਦੀਆਂ ਕਈ ਪ੍ਰੀਖਿਆਵਾਂ ਲਈਆਂ। ਇੱਕ ਦਿਨ ਇਸੇ ਤਰ੍ਹਾਂ ਜਾਂਦੇ ਰਸਤੇ ਵਿੱਚ ਕਹਿਣ ਲੱਗੇ ਜੀ, ਇਹ ਮੁਰਦਾ ਖਾ ਲਓ। ਸੰਗਤ ਕਹਿ ਲਈ, ਕਦੇ ਕੋਈ ਮੁਰਦਾ ਵੀ ਖਾਂਦਾ? ਇਹ ਕਿਵੇਂ ਖਾ ਲਈਏ? ਬਾਬਾ ਲਹਿਣਾ ਜੀ ਸੀ ਜਿਹੜੇ ਕਹਿਣ ਲੱਗੇ, ਬਾਬਾ ਜੀ ਮੈਨੂੰ ਹੁਕਮ ਕਰੋ ਕਿਹੜੇ ਪਾਸੇ ਖਾਵਾਂ। ਗੁਰੂ ਨਾਨਕ ਸਾਹਿਬ ਨੇ ਉਂਗਲ ਕੀਤੀ, ਜਿੱਧਰ ਉਂਗਲ ਕੀਤੀ ਨਿਹਾਲ ਹੋ ਗਿਆ ਸਭ ਕੁਛ। ਕੱਪੜਾ ਚੁੱਕਿਆ ਤੇ ਉੱਥੇ ਮੁਰਦਾ ਤੇ ਹੈ ਹੀ ਨਹੀਂ ਸੀ, ਕਿਹੜਾ ਪ੍ਰਸ਼ਾਦ ਦੀਆਂ ਦੇਖਣਾ ਸਨ। ਸਤਸੰਗ ਜੀ, ਉੱਥੇ ਕਿਹੜਾ ਪ੍ਰਸ਼ਾਦ ਦੀ ਦੇਗਾਂ ਵੀ ਵਰਤਾਈਆਂ ਗਈਆਂ। ਬੜੀਆਂ ਹੀ ਪ੍ਰੀਖਿਆਵਾਂ ਲਈਆਂ ਸਤਸੰਗ, ਪਰ ਪੁੱਤਰਾਂ ਨੇ ਜਿਹੜਾ ਕਹਿਣਾ ਨਹੀਂ ਮੰਨਿਆ, ਬੇਟਿਆਂ ਨੇ ਕਹਿਣਾ ਨਹੀਂ ਮੰਨਿਆ। ਸਾਨੂੰ ਮਿਲਦਾ ਇਸ ਗੱਲ ਨੂੰ, ਪੁੱਤਰੀ ਕੌਲ ਨਾ ਪਾਲਿਆ, ਕਰ ਪੀਰੋਂ ਕੱਲ ਨੂੰ ਰੱਟੀਏ। ਪੁੱਤਰਾਂ ਨੇ ਬਾਬੇ ਦੇ ਬਚਨਾਂ ਤੋਂ ਜਿਹੜਾ ਹੈ ਪਰਵਾਹ ਨਹੀਂ ਕੀਤੀ, ਕਰ ਪੀਰੋਂ ਕੰਨ ਮੁਰੱਟੀਏ, ਆਪਣੇ ਪੀਰ ਪਿਤਾ ਦੇ ਹੁਕਮ ਦੀ ਜਿਹੜਾ ਹੈ ਉਹ ਅਣਗਹਿਲੀ ਕਰਦੇ ਰਹੇ, ਕੰਨ ਖਿਸਕਾਈ ਕਰਦੇ ਰਹੇ। ਮਨ ਖੋਟੇ ਆਕੀ ਫਿਰਨ, ਇੰਨੀ ਆਕੜ ਸੀ, ਮਨ ਖੋਟੇ ਆਕੀ ਫਿਰਨ, ਬੜੇ ਹੰਕਾਰ ਵਿੱਚ ਵੀ ਅਸੀਂ ਤੇ ਗੁਰੂ ਨਾਨਕ ਦੇ ਬੇਟੇ ਹਾਂ, ਅਸੀਂ ਕਿਉਂ ਕਰੀਏ ਕੁਛ। ਬੰਨ ਪਹਾੜ ਉਚਾਇਨ ਛੱਡੀਏ,
ਇਸ ਤਰ੍ਹਾਂ ਹੁਕਮ ਦੀ ਅਦੂਲੀ ਕਰਦੇ ਹੋਏ ਉਹਨਾਂ ਨੇ ਬੜਾ ਪਿਆਰ ਦੇ ਕਿਸਮ ਦਾ ਸਮਝ ਕੇ ਆਪਣੇ ਸਿਰ 'ਤੇ ਭਾਰ ਚੁੱਕ ਲਿਆ, ਨਹੀਂ ਮੰਨਿਆ ਗੁਰੂ ਨਾਨਕ ਦਾ ਕਹਿਣਾ। ਸਤਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਲਈ ਆਖਰੀ ਬੜੀ ਕਰੜੀ ਜਿਹੜੀ ਹੈ ਉਹ ਉਹਨਾਂ ਨੇ ਜਾ ਪ੍ਰੀਖਿਆ ਲਈ, ਬੜੀ ਕਰੜੀ ਕੀਤਾ ਕਿ ਇੱਕ ਦਿਨ ਸਵੇਰੇ ਸਵੇਰੇ ਆਪਣਾ ਕੇਸ ਖਿਲਾਰ ਲੈ, ਹੱਥ 'ਚ ਇੱਕ ਮੋਟਾ ਡੰਡਾ ਫੜ ਲਿਆ, ਜਿਹੜਾ ਆਵੇ ਉਹਨੂੰ ਡੰਡਾ ਵਿਖਾਉਣ ਲੱਗੂ। ਲੋਕ ਬੜੇ ਹੈਰਾਨ ਵੀ ਅੱਗੇ ਤਾਂ ਇੱਥੇ ਆਉਂਦੇ ਸਾਥ ਸਤਸੰਗ ਹੁੰਦਾ ਸੀ, ਕਿਹੜਾ ਪ੍ਰਸ਼ਾਦ ਛਕਣ ਨੂੰ ਮਿਲਦਾ ਸੀ, ਗੁਰੂ ਦਾ ਲੰਗਰ ਛਕਣ ਨੂੰ ਮਿਲਦਾ ਸੀ, ਆ ਡੰਡੇ ਖਾਣ ਨੂੰ ਮਿਲ ਰਹੇ ਨੇ। ਹੈਰਾਨ ਹੋ ਗਿਆ, ਕਹਿ ਲੱਗੀ ਵਾਕਈ ਬਾਬਾ ਸਤਰਿਆ ਬਤਰਿਆ ਲੱਗਦਾ। ਸਾਰੇ ਹੌਲੀ ਹੌਲੀ ਘਰਾਂ ਨੂੰ ਜਾਣ ਲੱਗ ਪਏ ਵੀ ਡੰਡੇ ਕੌਣ ਖਾਵੇ, ਭਾਈ ਲੈਣਾ ਜੀ ਆ ਬਾਬਾ ਜੀ ਦੇ ਮਗਰ ਮਗਰ ਬਿਆਬਾਨ ਵੀ ਚਲੇ ਗਏ, ਪੁੱਛਿਆ ਲੈਣਿਆ, ਸਾਰੇ ਲੋਕ ਘਰਾਂ ਨੂੰ ਚਲੇ ਗਏ, ਤੂੰ ਆਪਣੇ ਘਰ ਨੂੰ ਕਿਉਂ ਨਹੀਂ ਗਿਆ। ਕਹਿਣ ਲੱਗਾ ਪਾਤਸ਼ਾਹ ਮੈਂ ਤੇ ਆਪਣੇ ਘਰ 'ਚ ਆਉਣਾ, ਤੁਸੀਂ ਆਉਣ ਹੀ ਨਹੀਂ ਦਿੰਦੇ ਮੈਨੂੰ। ਕਹਿਣ ਲੈਣਿਆ ਤੇਰਾ ਘਰ ਕਿਹੜਾ ਹੈ? ਬਾਬਾ ਜਿਸ ਦਿਨ ਮੈਂ ਆਇਆ ਸਾਂ, ਜਦੋਂ ਤੇਰੇ ਚਰਨਾਂ 'ਤੇ ਮੱਥਾ ਟੇਕ ਗਿਆ ਸੀ, ਉਸ ਦਿਨ ਹੀ ਮੈਂ ਮਨ ਵਿੱਚ ਫੈਸਲਾ ਕਰ ਲਿਆ ਸੀ ਇਹ ਬਾਬੇ ਦੇ ਚਰਨ ਮੇਰਾ ਘਰ ਹੈ, ਮੈਂ ਆਪਣੇ ਘਰ ਵਿੱਚ ਆਉਣਾ ਚਾਹੁੰਦਾ, ਤੈਨੂੰ ਆਉਣ ਹੀ ਨਹੀਂ ਦਿੰਦਾ। ਬਸ ਗੁਰੂ ਨਾਨਕ ਪਾਤਸ਼ਾਹ ਨੇ ਛੋਟਾ ਵਗਾ ਕੇ ਮਾਰਿਆ। ਲੈਣ ਇਹਨੂੰ ਗਲਵੱਕੜੀ ਵਿੱਚ ਲੈ ਲਿਆ, ਗਲਵੱਕੜੀ ਵਿੱਚ ਲਾ ਕੇ ਸਤਸੰਗਤ ਜੀ ਉਹਨੂੰ ਕਹਿਣ ਲੈਣਿਆ ਅੱਜ ਤੂੰ ਤੂੰ ਲੈਣਾ ਨਹੀਂ, ਅੱਜ ਤੋਂ ਤੂੰ ਅੰਗਦ ਅੰਗਦ ਮੇਰੇ ਅੰਗ ਨਾਲ ਲੱਗ ਗਿਆ, ਅੱਜ ਤੋਂ ਤੂੰ ਅੰਗਦ ਹੈ, ਅੰਗਦ ਬਣ ਗਿਆ, ਅੰਗਦ ਦੇਹ ਬਣਾ ਦਿੱਤਾ। ਵਾਪਸ ਗਏ ਹਨ ਸਤਸੰਗ ਜੀ, ਵਾਪਸ ਗਏ ਹਨ ਡੇਰੇ ਵਿੱਚ। ਜਦੋਂ ਵਾਪਸ ਇਹ ਕਹਿਣ ਲੱਗੇ ਜੀ ਇਹ ਲੈਣੇ ਨੂੰ ਜਰਾ ਇਸ਼ਨਾਨ ਕਰਾ ਕੇ ਲਿਆਓ, ਇਹਦੇ ਨਵੇਂ ਕੱਪੜੇ ਪਾ ਕੇ ਲਿਆਓ। ਇਸ਼ਨਾਨ ਕਰਾਇਆ, ਨਵੇਂ ਕੱਪੜੇ ਪਾਏ, ਚੌਂਕੀ 'ਤੇ ਬਿਠਾਇਆ, ਚੌਂਕੀ 'ਤੇ ਬਿਠਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਰਿਕਰਮਾ ਕੀਤੀਆਂ, ਪਰਿਕਰਮਾ ਕੀਤੀਆਂ। ਲੈਣੇ ਦੀ ਫਿਰ ਆਈਏ ਨਾਨਕਾ ਦੋਹੀ ਖੱਟੀਏ, ਫਿਰ ਆਈਏ ਤਾਂ ਮਤਲਬ ਫੇਰੇ ਲੈਣੇ, ਉਸ ਲੈਣੇ ਦੇ ਫੇਰੇ ਲਏ ਉਹਨਾਂ ਨੇ, ਪ੍ਰਕਰਮਾ ਕੀਤੀਆਂ। ਲੈਣੇ ਦੀ ਫਿਰ ਆਈਏ ਨਾਨਕ ਦੋਹਰੀ ਦੋਹੀ ਖੱਟੀ ਹੈ, ਜੋ ਦੋਹਾ ਜਗਸੈ ਸਾਇਆ ਫੇਰ ਪਲਟੀਏ, ਆਪਣੀ ਜੋਤ ਲੈਣੇ ਵਿੱਚ ਟਿਕਾ ਦਿੱਤੀ, ਲੈਣੇ ਵਿੱਚ ਟਿਕ ਗਏ। ਲੈਣੇ ਵਿੱਚ ਟਿਕਾ ਕੇ ਮੱਥਾ ਟੇਕਿਆ, ਗੁਰਿਆਈ ਸੌਂਪ ਦਿੱਤੀ, ਗੁਰਿਆਈ ਸੌਂਪ ਦਿੱਤੀ। ਲੈਣੇ ਦੇ ਆਸੇ ਪਾਸੇ ਗੁਰਾਈ ਕਰਕੇ ਵਾ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਅਰਦਾਸ ਕਰਨ ਲੱਗ ਗਏ ਉਹਦੇ ਅੱਗੇ। ਗੁਰ ਚੇਲੇ ਰਹਿਰਾ ਕਰ, ਰਹਿਰਾ ਤੋਂ ਮੈਨੇ ਅਰਦਾਸ ਕਰਨਾ, ਗੁਰ ਚੇਲੇ ਰਹਿਰਾਸ ਕੀ, ਗੁਰੂ ਨੇ ਚੇਲੇ ਅੱਗੇ ਅਰਦਾਸ ਕੀਤੀ, ਨਾਨਕ ਸਲਾਮਤ ਸੀ ਉਹਦੇ, ਨਾਨਕ ਨੇ ਆਪਣੇ ਸਰੀਰ ਵਿੱਚ ਰਹਿੰਦਿਆਂ ਹੋਇਆ ਗੁਰਿਆਈ ਸੌਂਪ ਦਿੱਤੀ, ਸਰੀਰ ਰੂਪ ਦਿੱਤੀ, ਸਲਾਮਤ ਰਹਿੰਦਿਆਂ ਹੋਇਆ ਉਹਨਾਂ ਦੀ ਅੱਗੇ ਅਰਦਾਸ ਕੀਤੀ, ਰਹਿਰਾਸ ਕੀਤੀ। ਸਟਕਾ ਦਿੱਤੋ ਜੀਵ ਦੇ,
ਜਿਉਂਦਿਆਂ ਜੀ ਟਿੱਕਾ ਜਿਹੜਾ ਹੈ ਗੁਰਿਆਈ ਦਾ ਜਿਹੜਾ ਹੈ ਦੇ ਦਿੱਤਾ ਉਹਨਾਂ ਨੂੰ। ਸਤਸੰਗਤ ਆਪਾਂ ਦੇਖੀਏ ਇਹਨਾਂ ਵਾਰਾਂ ਦੇ ਵਿੱਚੋਂ ਸਾਨੂੰ ਸਭ ਕੁਝ ਮਿਲਦਾ, ਜਿਹੜੇ ਵਾਰਿਆ ਭਾਈ ਗੁਰਦਾਸ ਜੀ ਲਿਖੀਆਂ ਜਾਂ ਛੱਪੇ ਤੇ ਬਲਵੰਡੇ ਲਿਖੀਆਂ ਨੇ। ਥਾਪਿਆ ਲੈਣਾ ਜੀਵ ਦੇ ਗੁਰੇ ਆਈ ਸਿਰ ਛੱਤਰ ਫੜਾਇਆ, ਗੁਰਿਆਈ ਦਾ ਛੱਤਰ ਸਿਰ ਦੇ ਉੱਤੇ ਜਿਹੜਾ ਹੈ ਉਹ ਰੱਖਿਆ। ਜੋਤੀ ਜੋਤ ਮਿਲਾਏ ਕੇ ਸਤਿਗੁਰੂ ਨਾਨਕ ਰੂਪ ਵਟਾਇਆ, ਸਤਿਗੁਰੂ ਨਾਨਕ ਨੇ ਆਪਣਾ ਰੂਪ ਵਟਾ ਦਿੱਤਾ ਆਪਣੀ ਜੋਤ ਵੇਟੇ। ਕਿਸੇ ਨੇ ਪੁੱਛਿਆ ਬਾਬਾ ਤੁਸੀਂ ਕਿੱਥੇ ਹੋਵੋਗੇ ਹੁਣ, ਗੁਰਿਆਈ ਤਾਂ ਉਹਨਾਂ ਨੂੰ ਸੌਂਪ ਦਿੱਤੀ ਹੈ। ਕਹਿਣ ਲੱਗੇ ਨਾ ਬਾਬਾ ਮੜੀ ਨਾ ਗੌਰ, ਬਾਬਾ ਅੰਗਦ ਕਹੀਏ ਨੇ, ਅੰਗਦ ਦੇ ਹਿਰਦੇ ਵਿੱਚ ਬਾਬਾ ਹੁਣ ਹੋਵੇਗਾ। ਸਤਸੰਗ ਜੀ 5 ਦਿਨ ਬਾਅਦ ਗੁਰੂ ਨਾਨਕ ਪਾਤਸ਼ਾਹ ਦੀ ਜੋਤੀ ਜੋਤ ਸਮਾਨ ਹੈ। ਉਸ ਤੋਂ ਬਾਅਦ 5 ਦਿਨ ਬਾਅਦ ਇਹ ਕਰਤਾਰਪੁਰ ਸਾਹਿਬ ਜਿਹਨੂੰ ਅਸੀਂ ਜਿੱਥੇ ਮੇਲੇ ਮਨਾਉਂਦੇ ਰਹੇ ਆਪਾਂ, ਅਸੀਂ ਬਾਬੇ ਨੂੰ ਬਾਬੇ ਦਾ ਜਿਹੜਾ ਹੈ ਉਹਨੂੰ ਕਹਿੰਦੇ ਰਹੇ ਕਿ ਇਹ ਬਾਬੇ ਦਾ 10ਵੀਂ ਦਾ ਸਰਾਧ ਮੇਲਾ, 10ਵੀਂ ਸਰਾਧ ਦਾ ਮੇਲਾ, ਬੜੀ ਵੱਡੀ ਅਵੱਗਿਆ ਕਰਦੇ ਰਹੇ ਇਹ ਗੱਲਾਂ ਕਰਕੇ। ਬਾਬੇ ਦਾ ਸਰਾਧ, ਬਾਬੇ ਦੀ ਬਾਣੀ ਨੂੰ ਕਦੀ ਸੁਣਿਆ ਤੁਸੀਂ? ਬਾਬੇ ਦੀ ਬਾਣੀ ਨੂੰ ਪੜ੍ਹਿਆ ਤੁਸੀਂ ਕਦੀ? ਬਾਬਾ ਸਰਾਧਾ ਨੂੰ ਮੰਨਦਾ ਹੈ? ਬਾਬਾ ਸਰਾਧਾ ਵਿੱਚੋਂ ਹਟਕਦਾ ਸਾਨੂੰ ਹਟਾਉਂਦਾ ਹੈ, ਪਰ ਅਸੀਂ ਬਾਬੇ ਦੇ ਨੂੰ ਜਗਾਉਣ ਲੱਗ ਗਏ ਜੀ ਅਸੀਂ 10ਵੀਂ ਦਾ ਸਰਾਧ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ ਕੀਤਾ ਨਾ ਸਰਾਧਾਂ ਦੇ ਬਾਰੇ, ਉਹਨਾਂ ਨੇ ਕਿਹਾ ਜੇ ਮੁਹਾਕਾ ਕਰਮ ਹੋਏ ਕਰਮੇ ਪਿਤਰੀ ਦੇ, ਅੱਗੇ ਵਸਤ ਸਜਾਣੀਏ ਪਿਤਰੀ ਚੋਰ ਕਰੇ। ਜਿਹੜਾ ਮੁਲਕ ਸਾਡੀ ਕਮਾਈ ਏਦਾਂ ਦੀ ਹੈ ਨਾ, ਪਿੱਤਰਾਂ ਦੀ ਪਠਾਈ ਜਿਹੜਾ ਖਵਾਉਣਾ ਹੈ ਉਹਦੇ ਬਾਰੇ ਕਹਿੰਦੇ ਨੇ ਅੱਗੇ ਵਸਤ ਸਜਾਣੀਏ ਪਿਤਰੀ ਚੋਰ ਕਰੇ, ਵੱਢੀਏ ਹੱਥ ਦਲਾਲ ਕੇ ਮੁਸਲੀਏ ਕਰੇ। ਜਿਹੜਾ ਮਨੁੱਖ ਖਾਣ ਵਾਲਾ, ਉਸ ਸਰਾਧ ਨੂੰ ਖਾਣ ਵਾਲਾ ਮਨੁੱਖ ਕਿੱਦੇ, ਇਹਨੂੰ ਵੀ ਸਜ਼ਾ ਮਿਲੇਗੀ, ਯਾਦ ਰੱਖੋ ਇਹਨੂੰ ਵੀ ਸਜ਼ਾ ਮਿਲੇਗੀ। ਝੂਠ ਬੋਲਦਾ ਹੈ ਮੈਂ ਇਹ ਖਾਧਾ ਹੋਇਆ ਜਿਹੜਾ ਤੇਰੇ ਪਿੱਤਰਾਂ ਨੂੰ ਪਵਾਵਾਂਗਾ ਮਿਲਾਵਾਂਗਾ, ਪਿੱਤਰਾਂ ਕੋਲ ਕਿੱਥੋਂ ਪਹੁੰਚ ਗਿਆ? ਖਾ ਗਿਆ ਮਨੁੱਖ ਕਹਿੰਦੇ ਪਿੱਤਰਾਂ ਨੂੰ ਪਹੁੰਚ ਜਾਏਗਾ। ਜੇ ਮੁਹਾਕਾ ਕਰਮੇ ਪਿਤਰੀ ਦੇ, ਅੱਗੇ ਵਸ ਜਾਣੀਏ ਪਿਤਰੀ ਚੋਰ ਕਰੇ, ਵੱਢੀਏ ਹੱਥ ਦਲਾਲ ਕੇ ਮੁਸਫੀਏ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਕਦੀ ਸਾਡਾ ਏਦਾਂ ਦਾ ਦਿੱਤਾ ਹੋਇਆ ਸਰਾਧ ਜਿਹੜਾ ਹੈ ਪਿੱਤਰਾਂ ਨੂੰ ਨਹੀਂ ਪਹੁੰਚਦਾ, ਇਹ ਗੁਰੂ ਨਾਨਕ ਬਾਬਾ ਕਹਿੰਦਾ, ਤੇ ਅਸੀਂ ਉਹਦੇ ਬਾਰੇ ਹੀ ਕਹਿਣ ਲੱਗ ਪਏ ਬੈ 10ਵੀਂ ਦਾ ਸਰਾਧ। ਸਤਸੰਗਤ ਇੰਨਾ ਹੀ ਨਹੀਂ, ਆਪਣੇ ਪਿੱਤਰਾਂ ਦੀ ਸੇਵਾ ਜਿਹੜਾ ਹੈ ਉਹਨੇ ਜੀਂਦਾ ਜੀ ਕਰਿਆ ਕਰੋ, ਆਪਣੇ ਪਿੱਤਰਾਂ ਦੀ ਸੇਵਾ ਜੇ ਜੀਂਦਿਆਂ ਜੀ ਕਰੋਗੇ ਤੇ ਗੁਰੂ ਦੀ ਖੁਸ਼ੀ ਮਿਲੇਗੀ, ਤੁਹਾਡਾ ਜੀਵਨ ਸੁਥਰਾ ਹੋਏਗਾ, ਤੁਹਾਡਾ ਕਰਮ ਬਣੇਗਾ। ਜੀਂਦਿਆਂ ਜੀ ਤੇ ਆਪਾਂ ਜੇ ਬਜ਼ੁਰਗ ਵਿਚਾਰਾ ਆਵਾਜ਼ ਮਾਰੇ ਤੇ ਕਹਿੰਦੇ ਨੇ ਬੁੱਢੇ ਨੇ ਸਿਰ ਖਾਧਾ ਹੋਇਆ ਸਾਡਾ, ਬਾਰ 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 ਜਿਹੜਾ ਹੈ ਇਹ ਬੁਲਾਉਂਦਾ ਹੈ ਸਾਨੂੰ, ਗੱਲ ਵੀ ਸੁਣ ਕੇ ਰਾਜੀ ਨਹੀਂ ਸੀ ਉਹਦੀ। ਪਾਣੀ ਮੰਗਿਆ ਤੇ ਪਾਣੀ ਵੀ ਬੜਾ ਔਖੇ ਹੋ ਕੇ ਦਿੱਤਾ, ਖੁਸ਼ੀ ਖੁਸ਼ੀ ਉਹਨਾਂ ਨੂੰ ਭੋਜਨ ਵੀ ਨਹੀਂ ਛਕਾਇਆ।
ਫਿਰ ਜਤਾਉਂਦਾ ਰਹਿ, ਮੈਂ ਤੈਨੂੰ ਰੋਟੀ ਖਵਾਉਂਦਾ ਹਾਂ, ਰੋਟੀ ਖਵਾਉਂਦਾ। ਸਤਸੰਗ ਸਾਰੀ ਪ੍ਰੋਪਰਟੀ ਉਹਦੀ ਤੂੰ ਸੰਭਾਲ ਲਈ, ਉਹਦਾ ਕਮਾਇਆ ਹੋਇਆ ਕਮਾਈ ਸਾਰੀ ਤੂੰ ਸੰਭਾਲ ਲਈ, ਤੇ ਰੋਟੀ ਤੂੰ ਖਵਾਉਣਾ। ਯਾਦ ਰੱਖੋ, ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਜਿਉਂਦਿਆਂ ਦੀ ਸੇਵਾ ਕਰਦੇ ਨੇ, ਬੜੇ ਵੱਡੇ ਭਾਗਾਂ ਵਾਲੇ ਨੇ, ਬਹੁਤ ਵੱਡੇ ਭਾਗਾਂ ਵਾਲੇ। ਮਰਨ ਤੋਂ ਬਾਅਦ ਭਾਵੇਂ ਕੋਲ ਜੋ ਮਰਜ਼ੀ ਕਰੀ ਜਾਓ, ਇੱਕ ਪਿਓ ਤੇ ਮਾਂ ਚਾਰ ਚਾਰ ਪੰਜ ਪੰਜ ਬੱਚਿਆਂ ਨੂੰ ਜਿਹੜਾ ਸੰਭਾਲ ਲੈਂਦੀ ਹੈ, ਉਹਨਾਂ ਦੇ ਹਰ ਕਾਰਜ ਪੂਰੇ ਕਰਦੀ ਹੈ। ਪਰ ਜਦੋਂ ਵਿਚਾਰੇ ਬਜ਼ੁਰਗ ਹੋ ਜਾਣ, ਫਿਰ ਜਿਹਦੇ ਕੋਲ ਰਹਿੰਦੇ ਨੇ, ਉਹ ਕਹਿਣ ਲੱਗਾ ਹੁਣ ਮੈਂ ਕੋਈ ਠੇਕਾ ਲਿਆ ਤੇਰਾ, ਜਾ ਤੂੰ ਦੂਜੇ ਕੋਲ, ਉਹ ਵੀ ਤੇਰਾ ਪੁੱਤਰ ਹੈ, ਜਾ ਹੁਣ ਤੀਸਰੇ ਕੋਲ। ਇਹੋ ਜਿਹੀ ਹਾਲਾਤ ਇਹਨਾਂ ਬਜ਼ੁਰਗ ਪਿੱਤਰਾਂ ਦੀ ਹੁੰਦੀ ਹੈ, ਤੇ ਅਸੀਂ ਸ਼ਰਾਧ ਕਰਦੇ ਹਾਂ। ਸਤਸੰਗ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਰਧ ਘਰ ਬਣਾਇਆ ਹੋਇਆ ਰਜਿੰਦਰ ਨਗਰ ਵਿੱਚ, ਜਾ ਕੇ ਵੇਖੋ ਕਦੀ, ਬੜੇ ਬੜੇ ਅਮੀਰ ਲੋਕਾਂ ਨੇ ਆਪਣੇ ਮਾਂ ਤੇ ਪਿਓ ਨੂੰ ਉੱਥੇ ਛੱਡਿਆ ਹੋਇਆ, ਉਹ ਵਿਚਾਰੇ ਆਪਣੇ ਪਰਿਵਾਰ ਤੋਂ ਬਗੈਰ ਉੱਥੇ ਰਹਿ ਰਹੇ ਨੇ। ਹੱਦ ਹੋ ਗਈ, ਇਹਨੂੰ ਪਤਾ ਨਹੀਂ ਜਿਸ ਮਾਂ ਨੇ ਇਹਨੂੰ ਜੰਮਿਆ ਹੈ ਉਸ ਮਾਂ ਨੇ ਕਿੰਨੀਆਂ ਕੁ ਪੀੜਾਂ ਸਹੀਆਂ ਹੋਣਗੀਆਂ। ਲਗਾਤਾਰ ਕਈ ਮਹੀਨੇ ਉਸੇ ਪੀੜਾਂ ਸਹੀਆਂ, ਜਦੋਂ ਵਿਚਾਰੀ ਬਜ਼ੁਰਗ ਹੋ ਗਈ, ਮਾਂ ਤੂੰ ਕੌਣ ਤੇ ਮੈਂ ਕੌਣ। ਜਿਹੜੇ ਬੱਚੇ ਯਾਦ ਰੱਖਣ ਇਹਨਾਂ ਗੱਲਾਂ ਨੂੰ, ਬੜੇ ਵੱਡੇ ਭਾਗਾਂ ਵਾਲੇ ਨੇ। ਜੇ ਯਾਦ ਨਹੀਂ ਕਰਦੇ ਤਾਂ ਸਮਝੋ ਕੁਛ ਵੀ ਨਹੀਂ। ਕਬੀਰ ਸਾਹਿਬ ਦੀ ਬਾਣੀ ਸਰਵਣ ਕਰੋ। ਕਬੀਰ ਸਾਹਿਬ ਕਹਿੰਦੇ ਨੇ, ਜੀਵਤ ਪਿੱਤਰ ਨਾ ਮਾਨੇ ਕਹੁ ਮੂਹੇ ਸ਼ਰਾਧ ਕਰਾਈ। ਵਾਹ ਬਾਈ ਵਾਹ, ਜਿਉਂਦਿਆਂ ਜੀ ਦੇ ਪਿੱਤਰਾਂ ਨੂੰ ਮੰਨਿਆ ਨਹੀਂ, ਉਹਨਾਂ ਦੀ ਸੇਵਾ ਨਹੀਂ ਕੀਤੀ, ਉਹਨਾਂ ਦੀ ਗੱਲ ਨਹੀਂ ਸੁਣੀ। ਜਦੋਂ ਮਰ ਗਏ ਵਿਚਾਰੇ ਤੇ ਚੱਲ ਵੀ ਖੀਰਾਂ ਖਵਾਓ ਤੇ ਪੂਰੀਆਂ ਖਵਾਓ ਤੇ ਦੇਹ ਖਵਾਓ ਤੇ ਵੋਹ ਖਵਾਓ, ਹਰ ਸਾਲ ਦੇ ਜਾ ਕੇ ਥਾਲੀ ਤੁਰੇ ਰਹਿੰਦੇ ਨੇ। ਫਿਰ ਸਤਸੰਗ ਨਾ ਕਰਿਆ ਕਰੋ ਇਸ ਤਰ੍ਹਾਂ, ਇਸ ਸਾਧਾ ਨਾਲ ਗੁਰੂ ਖੁਸ਼ ਨਹੀਂ ਹੁੰਦਾ। ਜਿਉਂਦੇ ਜੀ ਉਹਨਾਂ ਦੀ ਸੇਵਾ ਕਰੋ, ਇਹੀ ਵੱਡਾ ਸਰਾਧ ਨੇ। ਜਿਉਂਦਿਆਂ ਦੀ ਸੇਵਾ ਕਰੋਗੇ ਤੁਹਾਡੀ ਵੀ ਕੋਈ ਸੇਵਾ ਕਰੇਗਾ, ਜੇ ਜਿਉਂਦਿਆਂ ਜੀ ਉਹਨਾਂ ਨੂੰ ਦੁਖੀ ਰੱਖੋਗੇ ਤੁਸੀਂ ਵੀ ਦੁਖੀ ਹੋਵੋਗੇ। ਯਾਦ ਰੱਖ ਲੈਣਾ ਇਹ ਗੱਲ, ਪੱਕੀ ਗੱਲ ਹੈ, ਤੁਸੀਂ ਵੀ ਦੁਖੀ ਹੋ ਜਾਓਗੇ। ਜਿਉਂਦਿਆਂ ਜੀ ਉਹਨਾਂ ਦੀ ਸੇਵਾ ਕਰਨੀ ਹੈ, ਇਹ ਸਿਧਾਂਤ ਹੈ ਗੁਰੂ ਬਾਬੇ ਦਾ। ਤਾਂ ਸਤਸੰਗ ਐਸੇ ਗੁਰੂ ਪਾਤਸ਼ਾਹ ਜੀ ਦਾ ਤੁਸੀਂ ਜੋਤੀ ਜਮੋ ਜੋਤ ਸਮਾਉਣ ਦਾ ਅੱਜ ਪੁਰਬ ਮਨਾ ਰਹੇ। ਇਹ ਕਰਤਾਰਪੁਰ ਸਾਹਿਬ ਦੀ ਧਰਤੀ ਜਿਹੜੀ ਹੈ ਨਾ, ਜਿਹੜੀ ਕਹਿੰਦੇ ਆ ਪਾਕਿਸਤਾਨ ਵਿੱਚ ਕਹਿੰਦੇ ਆ, ਦਾਸ ਨੇ ਉੱਥੇ ਜਾ ਕੇ ਦਰਸ਼ਨ ਕੀਤੇ ਨੇ। ਸਤਸੰਗ ਮੈਂ ਨਹੀਂ ਵੇਖਿਆ ਉੱਥੇ ਕੋਈ ਸ਼ਹਿਰ ਵਸਿਆ ਹੋਇਆ। ਕਰਤਾਰਪੁਰ ਦਾ ਗੁਰਦੁਆਰਾ ਬਹੁਤ ਖੇਤਾਂ ਦੇ ਵਿੱਚ ਹੈ, ਦੂਰ ਦੂਰ ਤੱਕ ਖੇਤ ਹੀ ਖੇਤ ਨਜ਼ਰ ਆਉਂਦੇ ਨੇ, ਕੇਵਲ ਗੁਰਦੁਆਰਾ ਹੈ ਉਹਦੇ ਵਿੱਚ। ਕੇਵਲ ਗੁਰਦੁਆਰਾ ਹੀ ਹੈ ਉਹਦੇ ਵਿੱਚ, ਦੂਰ ਦੂਰ ਤੱਕ ਖੇਤ ਨਜ਼ਰ ਆਉਂਦੇ ਨੇ। ਪਰ ਬਾਬੇ ਨੇ ਕਰਤਾਰਪੁਰ ਵਸਾਇਆ ਕਿੱਥੇ ਫਿਰ? ਉਹ ਬੱਚਾ ਕਰਤਾਰਪੁਰ ਹੈ ਕਿੱਥੇ? ਸਤਸੰਗ ਇਹ ਡੇਰਾ ਬਾਬਾ ਨਾਨਕ ਦਾਸ ਦੇ ਨਾਨਕੇ ਨੇ, ਛੋਟੇ ਹੁੰਦਿਆਂ ਵੀ ਮੈਂ ਜਾਂਦਾ ਹੁੰਦਾ ਸੀ ਕਈ ਵਾਰੀ ਉੱਥੇ। ਜਵਾਨੀ ਵਿੱਚ ਵੀ ਗਿਆ ਹਾਂ, ਹੁਣ ਵੀ ਗਿਆ ਹਾਂ, ਕਈ ਦਫ਼ਾ ਉੱਥੇ ਗਿਆ। ਮੈਂ ਦੇਖਿਆ ਸੀ ਉੱਥੇ ਛੋਟੇ ਹੁੰਦਿਆਂ ਉਹ ਜਵਾਨੀ ਵਿੱਚ ਵੀ, ਉਹ ਡੇਰਾ ਬਾਬਾ ਨਾਨਕ ਦਾ ਮਤਲਬ ਡੇਰਾ ਬਾਬੇ ਦਾ ਇਹ ਸੀ।
ਉੱਥੇ ਮੈਂ ਵੇਖਿਆ ਹੈ ਕਿ ਇੱਕ ਬਹੁਤ ਵੱਡੀ ਸਰਾਂ ਬਾਬੇ ਨੇ ਆਪਣੇ ਹੱਥਾਂ ਨਾਲ ਬਣਾਈ ਹੋਈ ਸੀ, ਦਰਸ਼ਨ ਕੀਤੇ ਨੇ ਦਾਸ ਨੇ ਉਸ ਉਸ ਸਰਾਂ ਦੇ। ਤਕਰੀਬਨ 500-600 ਫੁੱਟ ਲੰਬੀ ਉਹ ਬਿਲਡਿੰਗ ਸੀ, 2 ਮਜ਼ਲੀ ਸੀ, ਛੋਟੀ ਇੱਟ ਦੀ ਬਣੀ ਹੋਈ ਸੀ, ਨਾਨਕ ਸ਼ਾਹੀ ਇੱਟ ਜਿਹਨੂੰ ਕਹਿੰਦੇ ਸਨ ਉਹਦੀ ਬਣੀ ਹੋਈ ਸੀ। ਦਾਸ ਨੇ ਉਹਦੇ ਦਰਸ਼ਨ ਕੀਤੇ ਨੇ। ਮੈਂ ਉੱਥੇ ਪੁੱਛਿਆ ਕਿਸੇ ਨੂੰ ਵੀ ਇਹ ਕੀ ਹੈ, ਕਹਿਣ ਲੱਗੇ ਜੀ ਜਦੋਂ ਸੰਗਤਾਂ ਇੱਥੇ ਆ ਕੇ ਠਹਿਰਦੀਆਂ ਸਨ ਬਾਬੇ ਨੇ ਉਹਨਾਂ ਵਾਸਤੇ ਸਰਾਂ ਬਣਾਈ ਹੋਈ ਸੀ। ਅਜਿੱਤੇ ਰੰਧਾਵੇ ਨੇ ਜਿਹੜਾ ਇਹ ਦਿੱਤਾ ਸੀ ਉਹਦਾ ਖੂਹ ਸੀ, ਉਹ ਖੂਹ ਦੀ ਵੀ ਅੱਜ ਸ਼ਕਲ ਬਦਲ ਗਈ ਹੈ, ਅੱਜ ਉਹ ਸਾਰੀ ਬਿਲਡਿੰਗ ਢਾਹ ਚੁੱਕੀ ਹੈ, ਢਾਹ ਕੇ ਸਾਡੇ ਇਤਿਹਾਸ ਨੂੰ ਜਿਹੜਾ ਹੈ ਉਹ ਮੁਕਾ ਦਿੱਤਾ ਗਿਆ। ਬੜੇ ਬੜੇ ਵੱਡੇ ਸੰਗਮਰਮਰ ਤੇ ਲਾਗੇ ਹਨ ਪਰ ਸਾਡਾ ਇਤਿਹਾਸ ਜਿਹੜਾ ਹੈ ਉਹ ਝੁਠਲਾ ਦਿੱਤਾ ਗਿਆ, ਝੁਠਲਾ ਗਿਆ, ਉਹ ਬਿਲਡਿੰਗ ਅੱਜ ਨਹੀਂ ਹੈ ਉੱਥੇ। ਆ ਪਿੱਛੇ ਜੇ ਕੁਛ ਸਾਲ ਪਹਿਲਾਂ ਮੈਂ ਗਿਆ ਸੀ ਤਾਂ ਉੱਥੇ ਬਿਲਡਿੰਗ ਹੈ ਨਹੀਂ ਹੁਣ। ਉਹ ਜਿਹੜਾ ਖੂਹ ਸੀਗਾ ਉਹ ਕੋਈ ਤਕਰੀਬਨ ਜ਼ਮੀਨ ਤੋਂ 7-8 ਫੁੱਟ ਉੱਚਾ ਸੀ। ਉੱਥੇ ਲੋਕਾਂ ਨੇ ਉਹ ਫਿਰਕੀਆਂ ਪਾ ਕੇ ਅਤੇ ਪਾਣੀ ਕੱਢਦੇ ਸਨ ਅਤੇ ਲੋਕਾਂ ਨੂੰ ਇਸ਼ਨਾਨ ਕਰਾਉਂਦੇ ਸਨ ਉਹ ਚੋਂ ਕੱਢ ਕੱਢ ਕੇ। ਅੱਜ ਉਹ ਖੂਹ ਦੀ ਵੀ ਸ਼ਕਲ ਬਦਲ ਗਈ, ਖੂਹ ਖੂਹ ਨਹੀਂ ਰਹਿ ਗਿਆ। ਉਹ ਜਿਹੜਾ ਖੂਹ ਹੈ ਨਾ ਉਸ ਨੂੰ ਬਹੁਤ ਨੀਵਾਂ ਕਰ ਦਿੱਤਾ, ਨੀਵਾਂ ਕਰਕੇ ਅਤੇ ਉਸ ਨੂੰ ਉਹਦਾ ਨਾਂ ਦੇ ਦਿੱਤਾ ਬੌਲੀ ਸਾਹਿਬ। ਬਹੁਤ ਨੀਵਾਂ ਕਰਤਾ, ਬੌਲੀ ਸਾਹਿਬ ਨਹੀਂ ਸੀ ਉਹ, ਖੂਹ ਸੀ ਜਿੱਤੇ ਰੰਧਾਵੇ ਦਾ। ਸਤ ਸਿੰਘ ਜੀ ਮੈਨੂੰ ਇੰਝ ਲੱਗਦਾ ਕਿ ਬਾਬੇ ਨੇ ਕਰਤਾਰਪੁਰ ਜਿਹੜਾ ਵਸਾਇਆ ਸੀ ਇਹ ਡੇਰਾ ਬਾਬਾ ਨਾਨਕ ਹੈ, ਜਿੱਥੇ ਡੇਰਾ ਸੀ ਬਾਬਾ ਜੀ ਦਾ, ਉਸ ਵੇਲੇ ਕਰਤਾਰਪੁਰ ਨਾਮ ਰੱਖਿਆ ਸੀ ਜਾਂ ਉਹਨਾਂ ਨੇ, ਬਾਅਦ ਵਿੱਚ ਨਾਂ ਡੇਰਾ ਬਾਬਾ ਨਾਨਕ ਪੈ ਗਿਆ। ਡੇਰਾ ਬਾਬਾ ਨਾਨਕ ਜੋ ਹੈ ਰੇਲਵੇ ਸਟੇਸ਼ਨ ਹੈ, ਆਖਰੀ ਪਾਕਿਸਤਾਨ ਦੀ ਸਰਹੱਦ 'ਤੇ ਜਾ ਕੇ ਆਖਰੀ ਸਟੇਸ਼ਨ ਹੈ ਰੇਲਵੇ ਸਟੇਸ਼ਨ, ਡੇਰਾ ਬਾਬਾ ਨਾਨਕ ਜੋ ਹੈ। ਉੱਥੇ ਬਾਰਡਰ 'ਤੇ ਬੜੀ ਮਿਲਟਰੀ ਹੈ ਔਰ ਮਿਲਟਰੀ ਜਿਹੜੀ ਹੈ ਉਹ ਲੋਕਾਂ ਨੂੰ ਦਰਸ਼ਨ ਕਰਾਉਂਦੇ ਨੇ ਦੂਰਬੀਨ ਦੇ ਨਾਲ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ। ਸਤਸੰਗ ਜੀ ਐਸੇ ਬਾਬੇ ਜੀ ਦਾ ਆਪ ਜੀ ਮਨਾ ਰਹੇ ਹੋ, ਸੋ ਬੜੇ ਭਾਗਾਂ ਵਾਲੇ ਹਾਂ ਅਸੀਂ ਗੁਰੂ ਕੇ ਸਿਧਾਂਤਾਂ ਨੂੰ ਸਰਵਣ ਕੀਤਾ ਹੈ, ਗੁਰੂ ਕੇ ਇਤਿਹਾਸ ਨੂੰ ਸਰਵਣ ਕੀਤਾ ਹੈ ਆਪਾਂ। ਸਤਸੰਗ ਨੂੰ ਮੈਂ ਦੱਸ ਦੀ ਕੱਲ੍ਹ ਕੋਈ ਤਬੀਅਤ ਖਰਾਬ ਹੋ ਗਈ ਸੀ ਬਹੁਤ ਜ਼ਿਆਦਾ, ਹੁਣ ਵੀ ਉਹਦਾ ਅਸਰ ਹੈ, ਪਰ ਜਦੋਂ ਇਹੋ ਜਿਹੀ ਸੇਵਾ ਮਿਲਦੀ ਹੈ ਨਾ ਪਤਾ ਨਹੀਂ ਕਿਸ ਤਰ੍ਹਾਂ ਗੁਰੂ ਨਾਨਕ ਬਾਬਾ ਆਪ ਆ ਜਾਂਦਾ, ਆਪ ਕਰ ਦਿੰਦਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਇਹ ਸੇਵਾ ਕਰਨ ਦਾ ਜਿਹੜਾ ਅਵਸਰ ਮਿਲ ਗਿਆ। ਫਿਰ ਸਤਿਗੁਰੂ ਜੀ ਬੁੱਧੀ ਵਿੱਚ ਪ੍ਰਵੇਸ਼ ਕਰ ਦਿੰਦੇ ਨੇ, ਰਚਨਾ 'ਤੇ ਬੈਠ ਕੇ ਆਪ ਕਥਾ ਕਰ ਜਾਂਦੇ ਨੇ, ਸਾਨੂੰ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਕਰ ਜਾਂਦੇ। ਉਹ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੈ ਜਿਹਦੇ ਸਹਾਰੇ ਅੱਜ ਅਸੀਂ ਸਾਰੇ ਜੀ ਰਹੇ ਹਾਂ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੂੰ ਆਪਾਂ ਯਾਦ ਕਰਦਿਆਂ ਹੋਇਆ ਇੱਕ ਵਾਰੀ ਸਾਰੇ ਗਾਇਨ ਕਰੀਏ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਸਤ ਸਿੰਘ ਜੀ ਆਪ ਜੋਤੀ ਜੋਤ ਸਮਾਉਣ ਦਾ ਪੁਰਬ ਮਨਾ ਰਹੇ ਹੋ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਉਪਦੇਸ਼ ਸਾਨੂੰ ਮਿਲ ਰਿਹਾ ਹੈ ਇਹਨਾਂ ਦੇ ਇਸ ਜੋਤੀ ਜੋਤ ਸਮਾਉਣ ਤੋਂ। 3 ਸਿਧਾਂਤ ਸਾਨੂੰ ਮਿਲੇ ਨੇ ਇਹਦੇ ਵਿੱਚੋਂ। ਪਹਿਲਾ ਸਿਧਾਂਤ ਕਿ ਸੇਵਾ ਨਿਰਮਾਨਤਾ ਨਾਲ ਕਰਨੀ ਹੈ, ਹੰਕਾਰ ਨਾਲ ਨਹੀਂ ਕਰਨੀ।
ਦੂਜਾ ਸਿਧਾਂਤ ਸਾਨੂੰ ਮਿਲਿਆ ਹੁਕਮ ਮੰਨਣਾ, ਹੁਕਮ ਵਿੱਚ ਰਹਿਣਾ। ਤੀਸਰਾ ਸਿਧਾਂਤ ਸਾਨੂੰ ਜਿਹੜਾ ਮਿਲਿਆ ਹੈ ਪਿੱਤਰਾਂ ਦੀ ਸੇਵਾ ਜਿਉਂਦਿਆਂ ਜੀ ਕਰਨੀ। ਪਿੱਤਰਾਂ ਦੀ ਸੇਵਾ ਜਿਉਂਦਿਆਂ ਜੇ ਕਰੋਗੇ ਸੁਖੀ ਹੋਵੋਗੇ, ਯਾਦ ਰੱਖ ਲੈਣਾ, ਦੇਖ ਲੈਣਾ। ਜਿਹੜਾ ਸੇਵਾ ਕਰਨਗੇ ਪਰ ਉਹ ਵਿਸ਼ਾ ਪ੍ਰਤੱਖ ਕਰਕੇ ਹੋ ਕੇ ਵੇਖ ਲੈਣਾ। ਜੇ ਤੁਸੀਂ ਸੇਵਾ ਕਰੋਗੇ ਤੁਹਾਡੀ ਸੇਵਾ ਜ਼ਰੂਰ ਹੋਵੇਗੀ, ਹਰ ਹਾਲਤ 'ਚ ਹੋਵੇਗੀ। ਇਹ ਤਿੰਨ ਸਿਧਾਂਤ ਸਾਨੂੰ ਮਿਲੇ ਨੇ, ਇਹਨਾਂ ਸਿਧਾਂਤਾਂ ਨੂੰ ਯਾਦ ਰੱਖਣਾ। ਬਾਬੇ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਸਾਰੇ ਗੁਰੂ ਸਾਹਿਬ ਦੀਆਂ ਇਹਨਾਂ ਖੁਸ਼ੀਆਂ ਨੂੰ ਪ੍ਰਾਪਤ ਕਰਨਾ ਜਿਹੜੀਆਂ ਸਾਨੂੰ ਬਾਣੀ ਦੁਆਰਾ ਉਹਨਾਂ ਨੇ ਦਿੱਤੀਆਂ ਨੇ। ਅਤੇ ਇੱਥੇ ਹੀ ਹੁਣ ਸ਼ਬਦਾਂ ਦੀ ਸੰਕੋਚਦੇ ਹਾਂ, ਭੁੱਲਾਂ ਚੁੱਕਾਂ ਦੀ ਮਾਫ਼ੀ। ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਮਨੁੱਖ ਜਿਹੜਾ ਭੁੱਲਣ ਹਾਰ ਹੈ, ਸੰਗਤ ਬਖਸ਼ਣ ਹਾਰ ਹੈ। ਤੋ ਆਪ ਦੀ ਸੰਗਤ ਬਖਸ਼ੋਗੇ, ਭੁੱਲਾਂ ਨੂੰ ਬਖਸ਼ੋਗੇ, ਅਰਦਾਸ ਕਰੋਗੇ ਸਤਿਗੁਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਦਾ ਰਹੇ, ਇਸੇ ਤਰ੍ਹਾਂ ਹੀ ਹਮੇਸ਼ਾ ਹਿੰਮਤ ਬਖਸ਼ ਕਰਦਾ ਰਹੇ। ਆਓ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।